ਸਾਤਰੀਏ ਕਾਲ ਤੁਸੀਂ ਦੇਖ ਰਹੇ ਹੋ ਤਖਤ ਪੰਜਾਬ ਮੈਂ ਤੁਹਾਡੇ ਨਾਲ ਸੁਖਿੰਦਰ ਸਿੰਘ ਮੇਰੇ ਨਾਲ ਗਿਆਸੀ ਮਾਹਰ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦੇ ਉੱਤੇ ਚਰਚਾ ਕਰਾਂਗੇ ਸਵਾਗਤ ਹੈ ਤੁਹਾਡਾ ਪ੍ਰੋਫੈਸਰ ਸਾਹਿਬ ਬਹੁਤ ਬਹੁਤ ਧੰਨਵਾਦ ਸੁਖਿੰਦਰ ਜੀ ਧੰਨਵਾਦ ਜਲੰਧਰ ਦੀ ਜਿੱਤ ਤੋਂ ਬਾਅਦ ਆਮ ਆਦਮੀ ਪਾਰਟੀ ਖਾਸ ਕਰ ਮੁੱਖ ਮੰਤਰੀ ਭਗਵੰਤ ਮਾਨ ਹੋਣ ਦਾ ਖੇਮਾ ਕਾਫੀ ਉਤਸ਼ਾਹਤ ਪ੍ਰੋਫੈਸਰ ਤੁਸੀਂ ਦੇਖਿਆ ਹੋਣਾ ਜਲੰਧਰ ਦੇ ਵਿੱਚ ਕੈਬਨਿਟ ਦੀ ਮੀਟਿੰਗ ਹੋਈ ਵੱਡੇ ਵੱਡੇ ਐਲਾਨ ਕੀਤੇ ਗਏ ਹਾਲਾਂਕਿ ਉਹ ਕਿਸੇ ਦੇ ਪੱਲੇ ਪਏ ਜਾਂ ਨਹੀਂ ਪਏ ਪਰ ਇਹ ਹੈ ਕਿ ਜਲੰਧਰ ਵਾਸੀਆਂ ਨੇ ਕਾਫੀ ਖੁਸ਼ੀ ਮਨਾਈ ਕਿ ਸਾਡੇ ਮੁੱਖ ਮੰਤਰੀ ਸਾਡੇ ਵਿਚਾਲੇ ਸੜਕਾਂ ਤੇ ਰੋਡ ショਅ ਕਰਦੇ ਓਪਨ ਗੱਡੀ ਦੇ ਵਿੱਚ ਸਾਨੂੰ ਸੰਬੋਧਨ ਕਰਦੇ ਨਜ਼ਰ ਆਏ ਨੇ ਉਹੀ ਤੌਰ ਤਰੀਕਾ ਪਰ ਵੱਡਾ ਸਵਾਲ ਇਹ ਆ ਕਿ ਆਮ ਆਦਮੀ ਪਾਰਟੀ ਦੇ ਵਿੱਚ ਜਿੱਥੇ ਅਰਵਿੰਦ ਕੇਜਰੀਵਾਲ ਸੁਪਰੀਮੋ ਹੋਣ ਤੇ ਉਹਨਾਂ ਦੇ ਨਾਲ ਹੋਰ ਵੀ ਨਿੱਕੇ ਮੋٹے ਸੁਪਰੀਮੋ ਰਾਗਵ ਚੱਡਾ ਵਰਗੇ ਬੈਠੇ ਹੋਣ ਕਿ ਉਹਨਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵਾਕਈ ਜਿਹੜਾ ਕਾਬਿਲ ਇਤਾਰੀਫ ਬਣ ਚੁੱਕੇ ਨੇ ਕਿ ਉਹ ਕਦ ਉਹ ਤਾਕਤਵਰ ਹੋਣ ਦੀਆਂ ਗੱਲਾਂ ਕਿ ਉਹ ਸਾਰਾ ਕੁਝ ਮੁੱਖ ਮੰਤਰੀ ਭਗਵੰਤ ਮਾਨ ਦੇ ਵਿੱਚੋਂ ਦੇਖਿਆ ਜਾ ਰਿਹਾ ਹੈ ਕਿ ਇਹ ਸਿਰਫ ਪੰਜਾਬ ਤੱਕ ਸੀਮਤ ਹੈ ਇਹ ਸਵਾਲ ਜਿਹੜੇ ਨੇ ਜਲੰਧਰ ਕੈਬਨਿਟ ਮੀਟਿੰਗ 'ਚ ਚਲੋ ਜਿਹੜੇ ਫੈਸਲੇ ਹੋਏ ਸੋ ਹੋਏ ਪੰਜਾਬ ਪੱਕੀ ਹੋਏ ਪੰਜਾਬ ਦੇ ਵੱਲ ਦੇ ਹੋਏ ਚੰਗੀ ਗੱਲ ਹੈ ਪਰ ਹੋਰ ਵੀ ਵੱਡੇ ਫੈਸਲਿਆਂ ਦੀ ਉਮੀਦ ਕੀਤੀ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਹ ਬਿਲਕੁਲ ਠੀਕ ਹੈ ਇਹ ਤੇ ਕੈਬਨਿਟ ਦੀ ਮੀਟਿੰਗ ਹੋਈ ਰੂਟੀਨ ਫੈਸਲੇ ਆ ਕਿ ਚਲੋ ਗੜਵਾਸੂ ਦੇ ਟੀਚਰਾਂ ਨੂੰ ਜਾਂ ਫਲਾਈਸ ਨੂੰ ਨਵੇਂ ਪੇ ਸਕੇਲ ਮਿਲ ਜਾਣਗੇ ਹੋਰ ਛੋਟੀਆਂ ਮੋਟੀਆਂ ਗੱਲਾਂ ਜਿਹੜੀਆਂ ਰੂਟੀਨ ਦੀਆਂ ਉੱਥੇ ਗੱਲਾਂ ਕੀਤੀਆਂ ਗਈਆਂ ਆਪ ਬੀਟ ਹੈ ਹੁਣ ਅਭੀ ਚਾਹੀਦਾ ਨਮੀ ਨਮੀ ਜੇਥਾਸ ਲੋਇਆ ਬੜਾ ਨੱਕ ਦਾ ਸਵਾਲ ਸੀਗਾ ਉਹ ਨੱਕ ਬਚ ਗਿਆ ਪਰ ਨਾਲ ਹੀ ਲੋਕ ਇਹ ਵੀ ਦੇਖਦੇ ਆ ਕਿ ਜਿਹੜੇ ਮੋٹے ਬਿੱਲ ਸਾਰਿਆਂ ਨੂੰ ਆਉਣ ਲੱਗੇ ਬਿਜਲੀ ਦੇ ਕਿ ਉਹਨਾਂ ਕ ਦੇ ਤੱਕ ਰੋਕ ਕੇ ਰੱਖੇ ਸੀ ਜਦ ਤੱਕ ਜਲੰਧਰ ਦੀਆਂ 22 ਇਲੈਕਸ਼ਨ ਦੀਆਂ ਚੋਣਾਂ ਨਹੀਂ ਹੁੰਦੀਆਂ ਅੱਜ ਹੀ ਗੱਲਾਂ ਚੱਲ ਰਹੀਆਂ ਸੀ ਇੱਕ ਬੰਦਾ ਕਹਿੰਦਾ ਮੇਰਾ 21000 ਦਾ ਆ ਗਿਆ ਦੂਜਾ ਕਹਿੰਦਾ ਮੇਰਾ 19000 ਦਾ ਬਿੱਲ ਆ ਗਿਆ ਉਹ ਕਹਿੰਦੇ ਜੀ ਇਹ ਤੇ ਪਿਛਲੀ ਡੇਟ ਤੋਂ ਵਧਾ ਕੇ ਦੇਤੇ ਆ ਉਹ ਸਰਾਂ ਸਾਹਿਬ ਨਾਲ ਗੱਲਾਂ ਬਾਤਾਂ ਹੋਈਆਂ ਖੁਦ ਚੇਅਰਮੈਨ ਦੇ ਨਾਲ ਤੰਪਾ ਤੇ ਲਗਾ ਕੇ ਇਹ ਪਿਛਲੀ ਡੇਢ ਤੋਂ ਫੈਸਲੇ ਤੇ ਹੋਏ ਹੋਏ ਸੀਗੇ ਪਰ ਉਹਨੂੰ ਲਾਗੂ ਨਹੀਂ ਸੀ ਕੀਤਾ ਕਿਉਂਕਿ ਲੋਕ ਪੜਖ ਜਾਣਗੇ ਵਧੇ ਹੋਏ ਜਿਹੜੇ ਬਿਜਲੀ ਦੇ ਰੇਟ ਐ ਉਹ ਇਸ ਕਰਕੇ ਨਹੀਂ ਸੀ ਕੀਤੇ ਕਿ ਇੱਕ ਵਾਰੀ ਜ਼ਿਲਦਾਰ ਦੀ ਚੋਣ ਚੁੱਪਚੀ ਪੀਤੇ ਸੁੱਖੀ ਸੰਧੀ ਨਿਕਲ ਜਾਏ ਉਹ ਕੱਢ ਦਿੱਤੀ ਐ ਤਾਂ ਹੁਣ ਗਿਫਟ ਦੇ ਦਿੱਤਾ ਹੁਣ ਜਿਹੜਾ ਇੱਕ ਹਿੱਸਾ ਜਿਹੜਾ ਉਹ ਦੱਬਿਆ ਜਾਊਗਾ ਬੋਝ ਥੱਲੇ ਜਿੰਨਾ ਬੋਝ ਪਿਆ ਤੇ ਦੂਜਾ ਹਿੱਸਾ ਕੱਚਾ ਵਜਾਊਗਾ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਣੀ ਆ ਇੱਕ ਮਹਾਰਤ ਭਗਵੰਤ ਮਾਨ ਨੇ ਕਰ ਲਈ ਆ ਕੇਜਰੀ ਬਾਤ ਤੋਂ ਉੱਥੋਂ ਗੁਣਤੀ ਲੈ ਲਈ ਆ ਉਹ ਪੂੜੀ ਜਿਹੜੀ ਨੇ ਨਾ ਇੱਕ ਢੂਣੀ ਥੋੜੀ ਜੀ ਦੇਨ ਦੇ ਪੂੜੀ ਜੀ ਐ ਸਿਰ ਤੇ ਢੂਣੀ ਦੇਨ ਦੇ ਉਹ ਲੈ ਲਈ ਆ ਉਹ ਕੀ ਆ ਵੀ ਗੱਲ ਨੂੰ ਇਸ ਤਰੀਕੇ ਨਾਲ ਕਮਾਓ ਕਿ ਲੋਕਾਂ ਦੇ ਕੋਈ ਪੱਲੇ ਅੱਲੇ ਨਾ ਪਾਵੇ ਅ ਕਹਤਾ ਕਿ ਤੁਸੀਂ ਚਿੰਤਾ ਕਿਉਂ ਕਰਦੇ ਆ ਰੇਟ ਤੇ ਵਧੇ ਆ ਪਰ ਰੇਟ ਤੁਹਾਡੇ ਥੋੜੀ ਵਧੇ ਆ ਉਥੇ ਸਰਕਾਰ ਨੇ ਦੇ ਦੇਣੇ ਆ ਅਸੀਂ ਤੁਹਾਨੂੰ ਯਾਦ ਕੱਲ ਗੱਲ ਕੀਤੀ ਸੀ ਕਿ ਜੇ ਸਰਕਾਰ ਨਹੀਂ ਦੇਣੇ ਆ ਤੇ ਰੇਟ ਵਧਾਏ ਕਿਉਂ ਪਰ ਸਰਕਾਰ ਸਿੱਧਾ ਹੀ ਜਿੱਥੇ 20000 ਕਰੋੜ ਦੀ ਸਬਸਿਡੀ ਦਿੱਤੀ ਉਥੇ 21000 ਕਰੋੜ ਕਰ ਦੋ 22 ਕਰ ਦੋ ਹੁਣ ਦੇਣਾ ਹੀ ਸ਼ੁਰੂ ਕੀਤਾ ਜਦੋਂ ਕੁਲੀ ਤੇ ਸਿਰ ਦਿੱਤਾ ਤੇ ਮੋਲਿਆਂ ਦਾ ਕੀ ਡਰ ਤੇ ਉਹ ਗੱਲ ਵਿੱਚ ਸੱਪ ਇਹ ਨਿਕਲਿਆ ਪਟਾਰੀ ਜੋਂ ਇੰਨੀ ਬੀਨ ਵਜਾਉਣ ਤੋਂ ਬਾਅਦ ਕਿ ਇਹ ਉਹਨਾਂ ਲੋਕਾਂ ਦੇ ਜਿਹੜੇ 600 ਯੂਨਿਟ ਮੁਫਤ ਦੇਣੇ ਆ ਉਹਨਾਂ ਦੇ ਵਧੇ ਰੇਟ ਕੰਪਨਸੇਟ ਕਿਉਂਕਿ ਰੇਟ ਉਹਨਾਂ ਦੇ ਵੀ ਵਧੇ ਆ ਉਹ ਕੰਪਨਸੇਟ ਕਿਤੇ ਜਾਉਗੇ ਉਹ ਕੌਣ ਕਰੂਗਾ ਉਹ ਸਰਕਾਰ ਕਰੂਗੀ ਕਿਉਂਕਿ ਉਹਨਾਂ ਨੂੰ ਤੇ ਜ਼ੀਰੋ ਬਿੱਲ ਜਾਣਾ ਨਾ ਜਿਹੜੇ ਬਾਕੀ ਦੇ ਟਮਾਟਰ ਸਾਥੀਆ ਉਹ ਤੇ ਆਗੇ ਵੇਲਣੇ ਚ ਹੁਣ ਦੇਖੋ ਕਿਵੇਂ ਪਿਸਦੇ ਹੈਗੇ ਆ ਇਸ ਕਰਕੇ ਹਹਾਕਾਰ ਮੱਚੀਆ ਇੰਡਸਟਰੀ ਵਾਲਿਆਂ ਦੇ ਵਿੱਚ ਵੀ ਹੋਰ ਜਿਹੜੇ ਬਿੱਲ ਜਿਨ੍ਹਾਂ ਦੇ ਜਾਦਾ ਆਉਂਦੇ ਸੀ ਉਹਨਾਂ ਦੇ ਸਮਾਨ ਨੂੰ ਛੂਣ ਲੱਗ ਗਿਆ ਤੇ ਦੂਜੇ ਨਾਲ ਦੇ ਜਿਹੜੇ 600 ਯੂਨਿਟ ਵਾਲੇ ਆ ਜਿਨ੍ਹਾਂ ਨੇ ਨਵੇਂ ਮੀਟਰ ਲਾ ਕੇ ਆਪਣੇ ਇੱਕੋ ਹੀ ਘਰ ਦੇ ਵਿੱਚ ਦੋ ਦੋ ਮੀਟਰ ਲਾ ਕੇ 6 6 ਸਿਰ ਦਾ ਮਤਲਬ 5 500 ਦੀ ਜਗਾ 1000 ਕਰ ਲਿਆ ਤੇ ਜੇ ਉਹਨਾਂ 5 500 ਵੀ ਜੇ ਆਜੇ ਤੇ ਦੋ ਦੋਆਂ ਦੇ ਵਿੱਚ 600 ਤੋਂ ਘੱਟ ਹੋਊਗਾ ਵੈਸੇ ਤੇ 1200 ਤੋਂ ਘੱਟ 1100 ਤੱਕ ਵੀ ਉਹ ਬਰਾਬਰ ਬਰਾਬਰ ਦੋਹਾਂ ਮੀਟਰਾਂ ਤੇ ਖਰਚਾ ਫਰੀ ਕਰ ਸਕਦੇ ਆ ਇਹ ਕੁਝ ਇਥੇ ਸਰਕਾਰੀ ਖਜ਼ਾਨੇ ਨੂੰ ਚੂਨਾ ਲਾਉਣ ਦੀ ਗੱਲ ਚੱਲੀ ਹੋਈ ਹੈ ਤੇ ਠੀਕ ਹੈ ਲੋਕਾਂ ਦਾ ਜਿੰਨਾ ਚਿਰ ਤਾਂ ਕਿ ਚੂਨਾ ਚੱਲਦਾ ਚੱਲਣ ਦਿਓ ਆਪਾਂ ਅੱਗੇ ਟਿਊਬਲਾਂ ਦੀ ਬਿਜਲੀ ਮੁਫਤ ਕੀਤੀ ਸੀ 20 ਸਾਲ ਪਹਿਲਾਂ ਕਿਹਨੇ ਕੀਤੀ ਸੀ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਕਿਸਾਨਾਂ ਨੂੰ ਖੁਸ਼ ਕਰਨ ਲਈ ਉਦੋਂ ਸਾਰਿਆਂ ਨੂੰ ਇੰਜ ਚੱਕੋ ਪਈ ਹੁਣ ਜਿਨ੍ਹਾਂ ਜਿਨ੍ਹਾਂ ਦੇ ਟਿਊਬਲ 5 5 7 7 10 10 ਸੀ ਵੱਡੀਆਂ ਜ਼ਮੀਨਾਂ ਵਾਲਿਆਂ ਦੇ ਉਹਨਾਂ ਨੂੰ ਵੀ ਸਬਸਿਡੀ ਉਹਨਾਂ ਦੇ ਵੀ ਮੁਫਤ ਤੇ ਜਿਹਦੇ ਕੋਲ 1 ਕਿ ਅੱਠ ਛੋਟਾ ਜਿਹਾ ਉਹਨੂੰ ਵੀ ਮੁਫਤ ਤੇ ਰਿਜ਼ਲਟ ਇਹ ਨਿਕਲਿਆ ਧਰਤੀ ਥੱਲੇ ਪਾਣੀ ਮੁੱਕ ਗਿਆ ਹੁਣ ਆਪਾਂ ਪਿੱਟਦੇ ਫਿਰਦੇ ਹਾਈ ਪਾਣੀ ਵਾਹ ਹਾਈ ਪਾਣੀ ਵਾਹ ਹਾਈ ਪਾਣੀ ਪਾਣੀ ਨਹੀਂ ਬਚੂਗਾ ਜਾੜਾ ਹੋਊਗਾ ਇਹ ਮੁਫਤ ਟਿਊਬਲਾਂ ਦੀ ਬਿਜਲੀ ਦੇ ਸਦਕਾ ਹੋਇਆ ਇਹ ਸਾਡੀਆਂ ਰੋਂਗ ਪਾਲਿਸੀ ਸੀਗੀਆਂ ਉਹਦਾ ਕੋਈ ਕਿਸਾਨਾਂ ਨੂੰ ਰਾਹਤ ਦਓ ਉਹਨਾਂ ਨੂੰ ਕਰਜ਼ਿਆਂ 'ਚੋਂ ਵੀ ਕੱਢੋ ਉਹਨਾਂ ਨੂੰ ਜਿੰਸਾਂ ਦੇ ਭਾਅ ਦੁੱਗਣੇ ਦਿਓ ਜੋ ਕਿ ਕਿਹਾ ਸੀਗਾ ਸਾਡੇ ਪ੍ਰਧਾਨ ਮੰਤਰੀ ਨੇ ਨਵਿੰਦਰ ਮੋਦੀ ਜੀ ਨੇ ਕਿ ਮੈਂ 2022 ਤੱਕ ਦੁੱਗਣੇ ਰੇਟ ਕਰ ਦਾਂਗੇ ਹੁਣ ਜਾਂ 2024 ਵੀ ਆਉਣ ਵਾਲਾ ਹੈ ਉਦੋਂ ਤੱਕ ਕੀ ਕਰਦੇ ਹੋ ਦੁੱਗਣੇ ਰੇਟ ਕਣਕ ਦੇ ਝੋਨੇ ਦੇ ਨਰਮੇ ਦੇ ਸਾਰਿਆਂ ਦੇ ਕਰ ਦਿਓ ਤਾਂ ਕਿ ਕਿਸਾਨਾਂ ਨੂੰ ਵੀ ਚਾਰ ਪੈਸੇ ਬਚਣ ਉਹ ਕਰਜ਼ਿਆਂ ਤੋਂ ਰਾਹਤ ਮਿਲੇ ਤੇ ਉਹਨਾਂ ਨੂੰ ਜਿਹੜਾ ਦੂਜੇ ਪਾਸੇ ਇਥੋਂ ਦੇ ਵਾਤਾਵਰਣ ਦੀ ਤਬਾਹੀ ਇਥੋਂ ਦੀ ਜ਼ਮੀਨ ਦੀ ਤਬਾਹੀ ਇਥੋਂ ਦੇ ਧਰਤੀ ਦੇ ਪਾਣੀ ਦਾ ਖਾਤਮਾ ਹੋਣਾ ਅੱਜ ਤੁਸੀਂ ਅੰਕੜੇ ਪੜ੍ਹ ਲਏ ਹੋਣੇ ਆ ਕੁਝ ਜ਼ਿਲ੍ਹਿਆਂ ਦੇ ਵਿੱਚ 60 60 ਫੁੱਟ ਪਾਣੀ ਥੱਲੇ ਜਾ ਰਿਹਾ ਉਹ 21 ਮੀਟਰ ਪਟਿਆਲੇ ਦੇ ਵਿੱਚ ਵੀ ਉਹਨਾਂ ਚ ਆ ਮਾਨਸਾ ਉਹਨਾਂ ਚ ਆ ਕਈਆਂ ਚ ਪਾਣੀ ਜਿਹੜਾ ਘਟ ਥੱਲੇ ਜਾ ਰਿਹਾ ਜਿਦਾਂ ਗਰਦਾਸਪੁਰ ਚ ਘਟ ਜਾ ਰਿਹਾ ਕੁਝ ਬਾਰਡਰ ਏਰੀਆ ਚ ਜਿੱਥੇ ਦਰਿਆ ਜ਼ਿਆਦਾ ਅਜੀਬੀ ਪਾਣੀ ਠੀਕ ਠਾਕ ਜੀ ਧਰਤੀ ਥੱਲੇ ਜੀਰਦਾ ਆ ਉੱਥੇ ਪਾਣੀ ਥੱਲੇ ਘੱਟ ਗਿਆ ਕਹਿਣ ਦਾ ਮੇਰਾ ਮਤਲਬ ਇਹ ਆ ਮੇਰੇ ਵੀਰ ਕਿ ਜਦੋਂ ਆਪਾਂ ਇਹੋ ਜਿਹੇ ਸਬਸਿਡੀਆਂ ਦਿੰਨੇ ਆ ਲੋਕਾਂ ਨੂੰ ਸਬਸਿਡੀ ਦੀ ਲੋੜ ਤੇ ਹੁੰਦੀ ਐ ਪਰ ਉਹ ਟਾਰਗੇਟਡ ਸਬਸਿਡੀ ਹੋਏ ਜਦੋਂ ਸਾਰਿਆਂ ਨੂੰ ਇੱਕੋ ਜੀ ਦੇ ਦੋਗੇ ਜਿਵੇਂ ਹੁਣ ਹਜ਼ਾਰ-ਹਜ਼ਾਰ ਰੁਪਈਆ ਸਾਰੀਆਂ ਬੀਬੀਆਂ ਨੂੰ ਦੇਣਾ ਹੈ ਤੇ ਵੈਸੇ ਹੀ ਸਭ ਤੋਂ ਵੱਡੀਆਂ ਰੀੜੀਆਂ ਤੇ ਉਹ ਹੀ ਆ ਜਿਹਦੇ ਵਿੱਚ ਕਲਾਕੰਦ ਵੀ ਪਾਈ ਹੋਈ ਆ ਤੇ ਗੁਲਾਬ ਗੁਲਾਬ ਦਾ ਗੁਲਾਬ ਜਲ ਵੀ ਪਾਇਆ ਹੋਇਆ ਰੇੜੀਆਂ ਚ ਬੜੀ ਖੁਸ਼ਬੂਦਾਰ ਸਾਰਿਆਂ ਤੋਂ ਇਹੀ ਆ ਮਿਲਦੀਆਂ ਨਹੀਂ ਮਿਲਦੀਆਂ ਚਲੋ ਮੂੰਹ ਦੇ ਵਿੱਚ ਸਵਾਦ ਲਈ ਜਾਣ ਦਾ ਤੇ ਕੋਈ ਸਾਨੂੰ ਰੋਕ ਨਹੀਂ ਸਕਦਾ ਬੀਬੀਆਂ ਨੂੰ ਜਿਹੜੇ 18 ਸਾਲ ਤੋਂ ਉੱਪਰ ਉਮਰ ਵਾਲੀਆਂ ਨੂੰ ਹਜ਼ਾਰ-ਹਜ਼ਾਰ ਰੁਪਈਆ ਦੇਣਾ ਇਹ ਸਾਰੀਆਂ ਕੁਝ ਲੱਗਦੀਆਂ ਚੰਗੀਆਂ ਆ ਬਿਜਲੀ ਦਾ ਠੀਕ ਹੈ ਚੋਣ ਕਿਤ ਲਈ ਹੈ ਲੋਕਾਂ ਨੂੰ ਚੰਗਾ ਵੀ ਲੱਗਦਾ ਇਹ ਸਸਟੇਨੇਬਲ ਕਿੰਨਾ ਕੁ ਹੋਊਗਾ ਕਿੰਨੀ ਦੇਰ ਤੱਕ ਚੱਲੂਗਾ ਕੀ ਅਸੀਂ ਪੰਜਾਬ ਦੀ ਅਰਥ ਵਿਵਸਥਾ ਨੂੰ ਚਲਾ ਪਾਵਾਂਗੇ ਕੀ ਹੱਲ ਨਿਕਲੂਗਾ ਇਹ ਦੇਖਣ ਵਾਲੀਆਂ ਗੱਲਾਂ ਆ ਓਵਰ ਆਲ ਖੁਸ਼ ਰਹਿਣਾ ਠੀਕ ਹੈ ਜਿੱਤ ਹੋਈ ਆ ਬੜੀ ਵੱਡੀ ਗੱਲ ਆ ਜਿਹੜੀ ਤੁਹਾਡਾ ਸਵਾਲ ਆ ਕਿ ਕੀ ਇਹ ਭਗਵੰਤ ਮਾਨ ਹੁਣੀ ਹੁਣ ਇੰਨੇ ਤਖੜੇ ਲੱਗਦੇ ਆ ਕਿ ਉਹ ਕੇਜਰੀਵਾਲ ਦੀ ਜਗ੍ਹਾ ਆਪ ਹੀ ਕਿਤੇ ਪ੍ਰਧਾਨ ਮੰਤਰੀ ਦਾ ਚਿਹਰਾ ਨਹੀਂ ਆਪਣੇ ਆਪ ਨੂੰ ਉਹ ਲੈ ਕੇ ਢੋਲ ਵਜਾ ਕੇ ਚੱਲ ਪੈਣਗੇ ਚੱਲਣਾ ਚਾਹੀਦਾ ਪੰਜਾਬ ਦਾ ਕਿਉਂ ਨਹੀਂ ਪ੍ਰਧਾਨ ਮੰਤਰੀ ਹੋ ਸਕਦਾ ਅੱਗੇ ਵੀ ਬਨਮੋਨ ਸਿੰਘ ਸੀ ਹੁਣ ਵੀ ਹੋ ਸਕਦੇ ਆ ਕੇਜਰੀਵਾਲ ਦੇ ਕੇਸਾਂ 'ਚ ਫਸ ਗਿਆ ਤੇ ਫੇਰ ਤਗੜਾ ਨੰਬਰ ਫੇਰ ਅਗਲਾ ਚੀਫ ਮਿਨਿਸਟਰ ਤੇ ਭਗਵੰਤ ਮਾਨ ਹੀ ਹੈ ਪਰ ਹਾਲ ਦੀ ਘੜੀ ਜੋ ਮੈਂ ਦੇਖ ਰਿਹਾ ਆਂ ਢੋਲ ਜਿਆਦਾ ਵੱਜ ਰਿਹਾ ਧਰਾਤਲ ਦੇ ਉੱਤੇ ਜੋ ਅਚੀਵ ਕਰਨਾ ਸਾਰਾ ਕੁਝ ਉਹ ਮੈਨੂੰ ਥੋੜਾ ਜਿਹਾ ਘੱਟ ਲੱਗਿਆ ਮੇਰੇ ਮੇਰੇ ਸਵਾਲ ਦਾ ਥੋੜਾ ਜਿਹਾ ਮਤਲਬ ਇਹ ਸਿਗਾ ਕਿ ਕੀ ਮੁੱਖ ਮੰਤਰੀ ਭਗਵੰਤ ਮਾਨ ਖੁਦ ਮੁਖਤਿਆਰ ਹੋ ਕੇ ਪੰਜਾਬ ਨੂੰ ਚਲਾ ਸਕਦੇ ਨੇ ਜਾਂ ਫਿਰ ਇਹ ਫਿਰ ਜਿਵੇਂ ਸਵਾਲ ਵਾਰ-ਵਾਰ ਉੱਠਦੇ ਨੇ ਕਿ ਕੇਂਦਰ ਆਪਣੀ ਜਿਹੜੀ ਕੇਂਦਰੀ ਲੀਡਰਸ਼ਿਪ ਹੈ ਜਾਂ ਕੇਜਰੀਵਾਲ ਸਾਹਿਬ ਨਾਲ ਤਾਲਮਿਲ ਜਾਂ ਫਿਰ ਉਹ ਜਿਹੜਾ ਸਮਝੌਤਾ ਆਇਆ ਸੀਗਾ ਨੌਲੇਜ ਸ਼ੇਅਰਿੰਗ ਦਾ ਉਸ ਦੇ ਤਹਿਤ ਹੀ ਪੰਜਾਬ ਚੱਲੂਗਾ ਤੇ ਚਲੋ ਉਹ ਜਿਹੜਾ ਪੁਰਾਣੇ ਸਵਾਲ ਕਿਤੇ ਗਾਇ ਕੀ ਆਏ ਸੋਰ ਕੋਈ ਕੁਛ ਨਹੀਂ ਹੈ ਉਹਨਾਂ ਨੇ ਫਾਰਮੂਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਸੀ ਲੋਕਾਂ ਦਾ ਰੌਲਾ ਬਹੁਤ ਪੈ ਗਿਆ ਵਿਰੋਧੀ ਪਾਰਟੀਆਂ ਦਾ ਬਹੁਤ ਪੈ ਗਿਆ ਪਰ ਉਹਦੇ باوجود ਵੀ ਰੰਗ ਬਚੜਾ ਇੱਥੇ ਬੈਠਾ ਫਾਈਲਾਂ ਦਾ ਸਾਰਿਆਂ ਨੂੰ ਐਕ্সেਸੇਬਲ ਰਿਹਾ ਕੋਈ ਕੋਈ ਨਾ ਥੋੜੀ ਕਰ ਰਿਹਾ ਕੋਈ ਉਹਦੀ ਕਿੰਤੂ ਪਰੰਤੂ ਥੋੜੀ ਕਰ ਰਿਹਾ ਸਗੋਂ ਉਹਦੀ ਹੋਰ ਆ ਮੰਗਣੀ ਤੋਂ ਬਾਅਦ ਹੀ ਹੋਰ ਚੜ੍ਹਦੇ ਹੋਗੇ ਉਹਨਾਂ ਹੋਰ ਵੀ ਨਹੀਂ ਕੋਈ ਰੋਕ ਸਕਦਾ ਜਿਹੜੀ ਤੁਸੀਂ ਕਹਿੰਦੇ ਆ ਕਿ ਆਟਾਨੋਮਸ ਕਾਰਿਆ ਆ ਉਹ ਕੋਈ ਆਟਾਨਮੀ ਹਟਾਨਮੀ ਹੈ ਨਹੀਂ ਹੈ ਜਲੰਧਰ ਦੇ ਵਿੱਚ ਜਦੋਂ ਹੋਇਆ ਜਲੰਧਰ ਦੇ ਲੋਕਾਂ ਨੂੰ ਮਿਲਣ ਤੋਂ ਪਹਿਲਾਂ ਭੱਜਾਏ ਉੱਥੇ ਜਾ ਕੇ ਵਧਾਈ ਉਹਨਾਂ ਤੋਂ ਲੈਣ ਗਿਆ ਕੇਜਰੀਵਾਲ ਤੋਂ ਉੱਥੇ ਜਾ ਕੇ ਪ੍ਰੈਸ ਕਾਨਫਰੰਸ ਕੀਤੀ ਜਲੰਧਰ ਦੀ ਬਾਅਦ ਇਲੈਕਸ਼ਨ ਤੋਂ ਬਾਅਦ ਇਥੋਂ ਇਹ ਸਾਫ-ਸਾਫ ਲੱਗਦਾ ਕਿ ਜਿਹੜੀ ਉਹ ਅਧਿਨਕੀ ਹੈ ਕੀ ਆ ਜਾਂ ਵਿਚਾਰ ਕੀ ਜਾਂ ਡਿਪੈਂਡੈਂਸ ਜਿਹਨੂੰ ਕਹਿੰਦੇ ਆ ਉਤੇ ਪੂਰੀ ਬਰਕਰਾਰਿਆ ਇਹ ਸਵਾਲ ਹੀ ਨਹੀਂ ਪੈਦਾ ਹੰਗਾ ਕਿ ਕੇਜਰੀਵਾਲ ਉਹਨਾਂ ਲੋਕਾਂ ਨੂੰ ਉਤਸ਼ਾਹਤ ਕਰੂਗਾ ਜਿਹੜੇ ਉਹਦੇ ਬਰਾਬਰ ਆ ਕੇ ਖੜੇ ਹੋ ਜਾਣਗੇ ਪਰ ਇੱਕ ਗੱਲ ਜਿਹੜੀ ਇਹ ਹੈ ਕਿ ਇੱਕ ਤੇ ਦਿੱਲੀ ਦੀ ਸਰਕਾਰ ਲੰਗੜੀ ਹੈ ਛੋਟੀ ਹੈ ਤੇ ਉਹਦਾ ਚੀਫ ਮਿਨਿਸਟਰ ਹੈਗਾ ਕੇਜਰੀਵਾਲ ਜਦ ਕਿ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਫੁੱਲ ਫਲੈਜ ਸਰਕਾਰ ਹੈਗੀ ਆ ਇੱਥੇ ਦਾ ਚੀਫ ਮਿਨਿਸਟਰ ਜਾਦਾ ਅਸਰਸਨ ਹੈਗੀ ਹੈ ਤੇ ਉਸ ਹਿਸਾਬ ਦੇ ਨਾਲ ਤੇ ਜਿਹੜੀ ਰੀਅਲ ਪਾਵਰ ਹੈਗੀ ਆ ਜਿਹੜੀ ਅਸਰਟਿਵ ਪਾਵਰ ਹੈ ਉਹ ਭਗਵੰਤ ਮਾਨੂਣਾ ਕੋਲ ਵੀ ਹੈਗੀ ਆ ਤੇ ਉਹ ਆਪਣੇ ਆਪਣੇ ਤੇਵਰ ਕਦੀ ਉਸ ਕਿਸਮ ਦੇ ਖੁਸ਼ੀ ਦੇ ਵਿੱਚ ਦਿਖਾਉਂਦੇ ਵੀ ਹੈ ਪਰ ਜੇ ਤੁਸੀਂ ਕਹੋ ਕਿ ਇਹ ਸਾਰੀ ਕਾਰਗੁਜ਼ਾਰੀ ਹੁਣ ਉਹ ਆਪਣੀ ਮਨਮਰਜ਼ੀ ਦੇ ਨਾਲ ਚਲਾਉਣਗੇ ਜਾਂ ਪੰਜਾਬ ਨੂੰ ਆਪਣੇ ਢੰਗ ਨਾਲ ਚਲਾਉਣਗੇ ਜਾਂ ਪੰਜਾਬ ਦੀਆਂ ਲੋੜਾਂ ਮੁਤਾਬਕ ਆਪ ਫੈਸਲੇ ਲੈ ਲੈਣਗੇ ਸਵਾਲ ਹੀ ਨਹੀਂ ਪੈਦਾ ਹੁੰਦਾ ਉਦੋਂ ਕੋਈ ਚੀਫ ਮਿਨਿਸਟਰ ਹੋਰ ਹੋਊਗਾ ਜੇ ਉਹ ਇਸ ਤਰੀਕੇ ਨਾਲ ਕੰਮ ਲੱਗਣਗੇ ਬਿਲਕੁਲ ਜਿਲੰਦਰ ਜੀ ਜੇਤ ਤੋਂ ਬਾਅਦ ਇਹ ਸੋਚਿਆ ਜਾਵੇ ਕਿ ਪੰਥਕ ਮਸਲੇ ਉਹ ਠੰਡੇ ਬਸਤੇ ਚ ਪੈ ਚੁੱਕੇ ਨੇ ਪ੍ਰੋਫੈਸਰ ਸਾਹਿਬ ਇਹ ਵੀ ਇੱਕ ਆਪਣੇ ਆਪ ਚ ਬਹੁਤ ਵੱਡਾ ਸਵਾਲ ਹੈ ਕਿਉਂਕਿ ਇੱਕ ਤਾਂ ਮਾਨਯੋਗ ਹਾਈ ਕੋਰਟ ਦੇ ਵਿੱਚ ਜਿਹੜਾ ਕੌਮੀ ਇਨਸਾਫ ਮੋਰਚੇ ਨੂੰ ਲੈ ਕੇ ਜਵਾਬ ਦੇ ਹੀ ਪਾਈਗੀ ਹੈ ਡੀਜੀਪੀ ਸਾਹਿਬ ਦੀ ਕਿ ਦੱਸੋ ਭਾਈ ਕੀ ਬਣਿਆ ਸਰਕਾਰ ਨੂੰ ਵੀ ਅੱਗੇ ਕਈ ਵਾਰੀ ਜਿਹੜਾ ਕੌਮੀ ਇਨਸਾਫ ਮੋਰਚੇ ਵਾਲੇ ਮਿਲ ਕੇ ਆਏ ਕਿ ਤੁਸੀਂ ਕਿਉਂ ਨਹੀਂ ਸਾਡੇ ਮਸਲਿਆਂ ਦਾ ਹੱਲ ਕਰਦੇ ਜਾ ਕੇਂਦਰ ਤੱਕ ਵੀ ਸਵਾਲ ਉੱਠਦੇ ਨੇ ਇਹਦੇ ਵਿੱਚ ਆਲੇ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਵੀ ਜਿਹੜੀ ਉਹ ਦਸਤਕਦੀ ਮੁਹਿੰਮ ਚਲਾਈ ਸੀ ਉਹਦੇ ਬਾਰੇ ਵੀ ਅੱਜ ਗਵਰਨਰ ਸਾਹਿਬ ਨੂੰ ਚਿੱਠੀਆਂ ਦੇਣੀਆਂ ਨੇ ਇਹ ਸਭ ਦੇ ਵਿਚਾਰੇ ਇਹ ਮਸਲਾ ਐਡਾਂ ਲੱਗਦਾ ਕਿ ਹੌਲੀ-ਹੌਲੀ ਹੋਰ ਉੱਪਰ ਕੇ ਸਾਹਮਣੇ ਆਏਗਾ ਕਿਉਂਕਿ ਇੱਕ ਤਾਂ ਉਹ ਐਨਐਸ ਨੌਜਵਾਨਾਂ ਤੇ ਲਾਇਆ ਉਹ ਵੀ ਹਲੇ ਅਦਾਲਤਾਂ ਚ ਚੱਲ ਰਹੇ ਨੇ ਉਹ ਕੇਸ ਜਾਇ ਇਹਨਾਂ ਨੇ ਜਿਹੜੀਆਂ ਕਮੇਟੀਆਂ ਬਠਾਈਆਂ ਸੀਗੀਆਂ ਉਹਦੇ ਤੇ ਸਲਾਹਕਾਰ ਬੋਰਡ ਦੇ ਗਠਨ ਕੀਤੇ ਸੀ ਕਿ ਉਹ ਐਨਐਸਏ ਬਾਰੇ ਵਿਚਾਰ ਕਰਨਾ ਆ ਤਾਂ ਫਿਰ ਉਹ ਵੀ ਸਵਾਲ ਅੱਗੇ ਦੀ ਅੱਗੇ ਹੋਰ ਵਧਣਗੇ ਮਤਲਬ ਇਹ ਜਿੰਨੇ ਪੰਥਕ ਮਸਲੇ ਨੇ ਇਹ ਓਵੇਂ ਜਿਵੇਂ ਧੀਰੇ ਧੀਰੇ ਆਪਣਾ ਨਵਾਂ ਰੂਪ ਲੈ ਕੇ ਸਾਹਮਣੇ ਆਉਣਗੇ ਅ ਸੁਰਵਿੰਦਰ ਸਾਡੀ ਆਵਾਜ਼ ਥੋੜੀ ਡਿਸਟਰਬ ਸੀ ਪਰ ਮੈਂ ਜਿੰਨਾ ਵੀ ਸਮਝ ਸਕਿਆ ਹਾਂ ਉਹ ਠੀਕ ਹੈ ਜਿਹੜੇ ਸਿੱਖ ਮਾਮਲੇ ਨਹੀਂ ਇੱਕ ਸਾਈਡ ਲਾਈਨ ਨਹੀਂ ਹੋਏ ਗਵਰਨਰ ਨੂੰ ਮਿਲਣਾ ਆਪਣੇ ਆਪ ਚੋ ਲੱਖਾਂ ਦੀ ਗਿਣਤੀ ਚ ਦਸਕਦੇ ਅੱਜ ਇਹਦੇ ਵਿੱਚ ਮੈਂ ਵੀ ਕੀਤੇ ਸੀਗੇ ਕਿ ਇਹ ਇਨਸਾਫ ਮਿਲਣਾ ਚਾਹੀਦਾ ਜਿਹੜੀ ਸਾਡੀ ਐਸਜੀਪੀਸੀ ਆ ਉਹਨਾਂ ਨੂੰ ਸਿਰਫ ਦਸਕਦਾ ਤੱਕ ਨਹੀਂ ਰਹਿਣਾ ਚਾਹੀਦਾ ਗੱਲ ਤੇ ਬਹੁਤ ਅੱਗੇ ਆ ਕੌਮੀ ਇਨਸਾਫ ਮੋਰਚਾ ਤੇ ਸੜਕਾਂ ਤੇ ਬੈਠਾ ਆ ਉਹ ਤੇ ਉਹਦੀ ਲੜਾਈ ਕਰ ਰਿਹਾ ਆ ਔਰ ਆਪਾਂ ਅਜੇ ਦਸਕਤ ਕਰਾ ਰਹੇ ਹਾਂ ਜਦ ਕਿ ਇਹ ਦਸਕਤ ਬਹੁਤ ਦੇਰ ਪਹਿਲਾਂ ਹੋ ਜਾਣੀ ਚਾਹੀਦੀ ਸੀ ਇਹ ਬੜਾ ਇਨੀਸ਼ੀਅਲ ਜਿਹਾ ਫੇਜ਼ ਹੁੰਦਾ ਕਿਸੇ ਮੂਵਮੈਂਟ ਦਾ ਉਦੋਂ ਅਗਲੇ ਸਟੈਪ ਕੀ ਲੈਣੇ ਆ ਉਹਦੇ ਤੇ ਜ਼ਿਆਦਾ ਕਰਨਾ ਚਾਹੀਦਾ ਕਿਉਂਕਿ ਜਦੋਂ ਸਰਕਾਰਾਂ ਕਿਸੇ ਵੀ ਰੂਪ ਦੇ ਵਿੱਚ ਮੰਨਣ ਲਈ ਤਿਆਰ ਨਹੀਂ ਹੈ ਖਾਸ ਕਰਕੇ ਜਦੋਂ ਇੱਥੇ ਉਹ ਉਹ ਹੋਮ ਮਿਨਿਸਟਰ ਆਏ ਹੋਏ ਸੀ ਉਹਨਾਂ ਦੇ ਕੰਮ 'ਚ ਗੱਲ ਪਾਉਣੀ ਚਾਹੀਦੀ ਸੀ ਸ਼੍ਰੋਮਣੀ ਅਕਾਲੀ ਦਲ ਉਥੇ ਸੁਖਬੀਰ ਬਾਦਲ ਸੀਗੇ ਉਹ ਸੁਣ ਲਈ ਵੀ ਉਦੋਂ ਤਿਆਰ ਸੀ ਇਸ ਗੱਲ ਦੀ ਕਿਉਂਕਿ ਇੱਕ ਇਹੋ ਜਿਹਾ ਮਾਹੌਲ 'ਚ ਆਏ ਹੋਏ ਸੀਗੇ ਉਥੇ ਐਸਜੀਪੀਸੀ ਦੇ ਗਿਆਨੀ ਹਰਪ੍ਰੀਤ ਹੁੰਨੀ ਵੀ ਗਿਆਨੀ ਹਰਪ੍ਰੀਤ ਸਿੰਘ ਹੁੰਨੀ ਵੀ ਕਹਿ ਸਕਦੇ ਸੀਗੇ ਕਿ ਭਾਈ ਸਾਡਾ ਨਾਲ ਇਹ ਇਨਸਾਫ ਕਰੋ ਕੋਈ ਮੈਮੋਰੰਡਮ ਉਹਨਾਂ ਨੂੰ ਜਾਂ ਕੋਈ ਵੀ ਗੱਲ ਵੈਸੇ ਹੀ ਇਨਫੋਰਮਲ ਗੱਲ ਵੀ ਕੀਤੀ ਜਾ ਸਕਦੀ ਸੀ ਮੈਨੂੰ ਨਹੀਂ ਇਹਦਾ ਗੱਲ ਦਾ ਗਿਆਨ ਕਿ ਕੋਈ ਗੱਲਾਂ ਹੋਈਆਂ ਜਾਂ ਨਹੀਂ ਹੋਈਆਂ ਜੇ ਉਹ ਨਹੀਂ ਰਿਸਪੌਂਡ ਕਰ ਰਹੇ ਤਾਂ ਫਿਰ ਇਸ ਨੂੰ ਸਿਸਟਮੈਟਿਕਲੀ ਜੋ ਅਕਾਲੀ ਦਲ ਦਾ ਜਾਂ ਜੋ ਸਿੱਖ ਸਮੁਦਾਏ ਦਾ ਖਾਲਸਾ ਪੰਥ ਦਾ ਜੋ ਪ੍ਰਾਣਾ ਤਰੀਕਾ ਹੈ ਕਿ ਮੂਵਮੈਂਟ ਲੜੋ ਛਾਤਮੈ ਸੰਘਰਸ਼ ਕਰੋ ਉਸ ਪਾਸੇ ਨੂੰ ਵੀ ਸੋਚਣਾ ਚਾਹੀਦਾ ਜਿਹੜਾ ਸੰਘਰਸ਼ ਕੌਮੀ ਇਨਸਾਫ ਮੋਰਚੇ ਵਾਲਾ ਸ਼ੁਰੂ ਹੋਇਆ ਉਹ ਕੋਈ ਸਰਵ ਸਹਿਮਤੀ ਦੇ ਨਾਲ ਸਾਰਿਆਂ ਦੀ رائے ਮੰਦੀ ਨਾਲ ਨਹੀਂ ਹੋਇਆ ਜਿਨ੍ਹਾਂ ਲੋਕਾਂ ਨੇ ਸ਼ੁਰੂ ਕੀਤਾ ਚੰਗਾ ਕੀਤਾ ਉਹਦੇ ਨਾਲ ਇਸ਼ੂ ਜਿਹੜਾ ਉੱਪਰ ਕੇ ਸਾਹਮਣੇ ਆਇਆ ਪਰ ਕਿਉਂਕਿ ਉਹ ਉੱਡਾ ਵੱਡਾ ਮੋਮੈਂਟਮ ਨਹੀਂ ਬਣ ਸਕਿਆ ਜਿੱਡਾ ਆਪਾਂ ਸੋਚਿਆ ਸੀ ਕਿ ਸਾਰਾ ਪੰਜਾਬ ਇੱਥੇ ਟੁਕੂਗਾ ਤਾਂ ਕੁਦਰਤੀ ਹੈ ਕਿ ਜਿਹੜੀ ਕੋਰਟ ਆ ਉਹ ਵੀ ਆਪਣੇ ਹੋਂ ਉਸ ਕਿਸਮ ਦੇ ਪਿਉਂਤੜੇ ਤਿੱਖੇ ਹੋ ਰਿਹਾ ਡੀਜੀਪੀ ਨੂੰ 24 ਤਰੀਕ ਨੂੰ ਬੁਲਾਇਆ ਕਿ ਤੁਹਾਨੂੰ ਅਸੀਂ ਕਿਹਾ ਸੀਗਾ ਕਿ ਤੁਸੀਂ ਕੋਈ ਹੱਲ ਕੱਢੋ ਜਨਤਾ ਜਿਹੜੀ ਆ ਉਹ ਪਰੇਸ਼ਾਨ ਹੋ ਰਹੀ ਆ ਮੁੱਖ ਸ਼ਾਹ ਰਗ ਹੈਗੀ ਆ ਚੰਡੀਗੜ੍ਹ ਚ ਮਹਾਲੀ ਤੋਂ ਆਉਣਲੀ ਵੱਡੀ ਸੜਕ ਹੈਗੀ ਆ ਉੱਥੇ ਹੋਰ ਸਕੂਲ ਵੀ ਨੇੜੇ-ਤੇੜੇ ਹੈਗੇ ਆ ਤੇ ਕਿੰਨੀ ਦੇਰ ਤੱਕ ਤੁਸੀਂ ਇਸ ਸੜਕ ਨੂੰ ਇਸ ਤਰੀਕੇ ਨਾਲ ਬਲਾਕ ਕਰਕੇ ਤੇ ਲੋਕਾਂ ਦੀ ਐਕਸੈਸ ਤੋਂ ਬਾਹਰ ਰੱਖੋਗੇ ਇਹ ਹਾਈ ਕੋਰਟ ਦਾ ਜਾਂ ਲੀਗਲ ਲੋਕਾਂ ਦਾ ਸਵਾਲ ਹੈਗਾ ਆ ਇਹਦਾ ਜਵਾਬ ਭਾਜਪਾ ਸਾਫ ਦੇਣਗੇ ਕਿ ਉਹਨਾਂ ਨੇ ਹੱਲ ਕਿਉਂ ਨਹੀਂ ਕੀਤਾ ਕੀ ਹਾਲ ਉਹ ਦੇਰੇ ਆ ਉਸ ਜਵਾਬ ਦੇ ਵਿੱਚ ਉਹ ਵੀ ਆ ਜਾਊਗਾ ਪਰ ਹਾਲ ਦੀ ਘੜੀ ਉਹ ਮੋਰਚਾ ਬੰਦੀ ਉਸੇ ਤਰੀਕੇ ਨਾਲ ਹੈ ਮੈਨੂੰ ਇਹ ਲੱਗਦਾ ਕਿ ਇਸ ਗੱਲ ਬਾਰੇ ਵੀ ਕਿਉਂਕਿ ਇਹ ਗੱਲ ਹੁਣ ਆ ਹੀ ਗਈ ਹੈ ਤਾਂ ਫਿਰ ਅੱਜ ਐਸਜੀਪੀਸੀ ਨੂੰ ਜਦੋਂ ਗਵਰਨਰ ਨੂੰ ਮਿਲਣਾ ਉਥੇ ਇਹ ਗੱਲ ਸੌਲਡ ਆਊਟ ਕਰਨੀ ਚਾਹੀਦੀ ਆ ਇਹ ਨਾ ਹੋਵੇ ਕਿ ਪੁਲਿਸ ਆਪਣਾ ਰੰਗ ਦਿਖਾਉਣ ਲਈ ਆਪਣਾ ਜੋ ਪੁਲਿਸ ਦਾ ਰੰਗ ਹੁੰਦਾ ਤੁਹਾਨੂੰ ਪਤਾ ਡਾਂਗ ਸੋਟਾਏ ਕਰੋ ਲਿਆਓ ਵਾਰਨਿੰਗ ਦੇ ਕੇ ਖਦੇੜਨ ਦੀ ਕੋਸ਼ਿਸ਼ ਕਰੋ ਇਸ ਕਿਸਮ ਦਾ ਨਾ ਕੋਈ ਹੋਵੇ ਪਹਿਲਾਂ ਹੀ ਆ ਮੈਨੂੰ ਪਤਾ ਲੱਗਾ ਕਿ ਕੋ ਪਟਿਆਲੇ ਚ ਇਹੋ ਜਿਹਾ ਡੀਸੀ ਦੇ ਦਫ਼ਤਰੇ ਕੁਛ ਇਹੋ ਜਿਹਾ ਹੋਇਆ ਹਾਇਆ ਇਹੋ ਜੀਆਂ ਗੱਲਾਂ ਜਿਹੜੀਆਂ ਕਿ ਕੋ ਲਗਾਤਾਰ ਉੱਥੇ ਕਿਰਤੀ ਕਿਸਾਨ ਯੂਨੀਅਨ ਦਾ ਕੋਈ ਪ੍ਰੋਟੈਸਟ ਸੀਗਾ ਜ਼ਮੀਨੀ ਆ ਨਾ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦਾ ਸੀਗਾ ਤੇ ਉਹਦੇ ਤੇ ਰਾਤੀ ਉਹਨਾਂ ਨੇ ਇਸ ਕਿਸਮ ਦਾ ਹਮਲਾ ਕੀਤਾ ਤੇ ਉਹ ਤੰਟ ਟੈਂਟ ਪੁੱਟ ਦਿੱਤਾ ਇਹ ਕੋਈ ਇਹੋ ਜੀ ਆਪਣੀ ਮਾਰ ਕੇ ਬਾਜੀ ਵਾਲੀ ਪੁਲਿਸ ਗੱਲ ਨਾ ਕਰੇ ਵੈਸੇ ਲੱਗਦਾ ਤੇ ਨਹੀਂ ਪਰ ਜੇ ਕਰੂਗੀ ਤਾਂ ਉਹ ਗੱਲ ਪਹਿਲੀ ਨਿਜੀਠੀ ਨਿਜੀਠਣ ਦੀ ਜਗਾ ਇਨਸਾਫ ਮਿਲਦੀ ਜਗਾ ਹੋਰ ਕਈ ਬੇਇਨਸਾਫੀਆਂ ਦਾ ਕੰਠਾ ਲੱਗ ਜਾਊਗਾ ਜਿਵੇਂ ਤੁਸੀਂ ਕਿਹਾ ਕਿ ਡਿਬਰੂਗਰ ਦੇ ਵਿੱਚ 10 ਸਿੱਖਾਂ ਨੂੰ ਉੱਥੇ ਜਿਹੜੇ ਸਿੰਘ ਇਥੋਂ ਦੇ ਸੂਰਮੇ ਹੈਗੇ ਉੱਥੇ ਜੇਲ੍ਹ ਦੇ ਵਿੱਚ ਐਨਐਸ ਲਾ ਕੇ ਨੈਸ਼ਨਲ ਸਕਿਉਰਿਟੀ ਐਕਟ ਲਾ ਕੇ ਬਿਠਾ ਦਿੱਤਾ ਜਿਹੜਾ ਕਿ ਕਾਫੀ ਸਟ੍ਰਿੰਜੈਂਟ ਹੈਗਾ ਹਾਂ ਬਿਲਕੁਲ ਇਹ ਮਾਮਲੇ ਹੋਰ ਵੀ ਅੱਗੇ ਦੀ ਅੱਗੇ ਮਤਲਬ ਕਿ ਤਿੱਖੇ ਵੱਧ ਸਕਦੇ ਨੇ ਜੇ ਇਸ ਸਮੇਂ ਸਿਰ ਇਹਨਾਂ ਦਾ ਕੋਈ ਹੱਲ ਨਾ ਕੱਢਿਆ ਗਿਆ ਕਿਉਂਕਿ ਲੋਕਾਂ ਦੇ ਮਨਾਂ 'ਚ ਤਾਂ ਉਹ ਗੱਲ ਹੈਗੀ ਹੈ ਕਿ ਜੋ ਵਾਪਰਿਆ ਸੀ ਕਿਉਂਕਿ 6 ਮਹੀਨੇ ਦਾ ਸਮਾਂ ਕੋਈ ਥੋੜਾ ਨਹੀਂ ਹੁੰਦਾ ਤੇ ਉਸ ਤੋਂ ਬਾਅਦ ਜਿਵੇਂ ਸੈਂਟਰਲ ਫੋਰਸਸ ਬੁਲਾਈਆਂ ਗਈਆਂ ਜਿਵੇਂ ਦਾ ਪੰਜਾਬ ਚ ਨੈਟ ਬੰਦ ਕਰਕੇ ਮੌਲ ਬਣਾਇਆ ਕਿ ਇਹਦਾ ਮਤਲਬ ਇਹ ਨਹੀਂ ਕਿ ਜਲੰਧਰ ਅਲੀ ਜਿੱਤ ਹੋ ਗਈ ਤੇ ਸਾਰਾ ਕੁਝ ਜਿਹੜਾ ਉਹ ਠੰਡੇ ਬਸਤੇ ਚ ਪੈ ਚੁੱਕਿਆ ਹੈ ਕਿਤੇ ਨਾ ਕਿਤੇ ਇਹ ਸੁਲਗ ਰਿਹਾ ਤੇ ਉਹਦਾ ਮਸਲੇ ਦਾ ਹੱਲ ਵੀ ਜ਼ਰੂਰ ਹੋਣਾ ਚਾਹੀਦਾ ਹੈ ਇੱਕ ਮਤਲਬ ਕਿ ਸੋਸ਼ਲ ਮੀਡੀਆ ਤੇ ਵੀ ਮੁਹਿੰਮ ਇਸ ਤਰੀਕੇ ਦੀ ਚੱਲਦੀ ਰਹਿੰਦੀ ਆ ਆਪਾਂ ਦੇਖਿਆ ਹੀ ਹੈ ਪਿੱਛੇ ਦਰਬਾਰ ਸਾਹਿਬ ਦੇ ਬਾਅਦ ਜਿਹੜੇ ਭਾਵੇਂ ਛੋਟੇ ਪੱਧਰ ਤੇ ਕੋਈ ਬਲਾਸਟ ਹੋਏ ਨੇ ਤੇ ਉਹਨਾਂ ਦੇ ਵਿੱਚੋਂ ਵੀ ਇਹੀ ਗੱਲ ਨਿਕਲ ਕੇ ਸਾਹਮਣੇ ਆਈ ਆ ਇਸ ਤੋਂ ਪਹਿਲਾਂ ਕਿ ਕੋਈ ਵੱਡੀ ਘਟਨਾ ਨੂੰ ਅੰਜਾਮ ਦੇਵੇ ਸਮਾ ਰਹਿੰਦੇ ਆ ਉਮੀਦ ਕਰਦੇ ਆ ਕਿ ਸਰਕਾਰ ਇਹੋ ਜੀ ਸਥਿਤੀਆਂ ਦੇ ਨਾਲ ਛੇਤੀ ਸਹੀ ਢੰਗ ਦੇ ਨਾਲ ਨਿਭੜੇਗੀ ਪ੍ਰੋਫੈਸਰ ਅਗਲੀ ਗੱਲ ਉਹ ਜਿਹੜਾ ਬੇਅਦਬੀ ਵਾਲਾ ਮੈਟਰ ਹੋਣਾ ਸਮਝ ਨਹੀਂ ਆਉਂਦੀ ਕਿ ਇਹੋ ਜੇ ਮਾਮਲਿਆਂ ਨੂੰ ਜੋ ਕੁਝ ਰਾਜਪੁਰੇ ਵਾਪਰੇ ਆ ਉਨੂੰ ਇਹ ਬੇਦਵੀ ਦਾ ਨਾਮ ਦਿੱਤਾ ਜਾਵੇ ਜਾਂ ਉਸ ਮਾਨਸਿਕ ਸਥਿਤੀ ਨੂੰ ਦੇਖਦਿਆਂ ਉਹਨੂੰ ਹੋਰ ਤਰੀਕੇ ਨਾਲ ਬਚਿਆ ਜਾਵੇ ਕਿ ਇੱਕ ਨੌਜਵਾਨ ਜਿਹੜਾ ਬੂਟ ਪਾ ਕੇ ਨੰਗੇ ਸਿਰ ਦਰਬਾਰ ਸਾਹਿਬ ਜਾਂ ਗੁਰੂ ਘਰ ਦੇ ਅੰਦਰ ਜਾਂਦਾ ਹੈ ਜਿਹੜਾ ਕਹਿੰਦੇ ਕਿ ਰੋਜ਼ਾਨਾ ਹੀ ਮਤਲਬ ਕਿ ਜਾਂ ਮਤਲਬ ਕਿ ਕਦੇ-ਕਦੇ ਜਾਂ ਕਹਿ ਲਓ ਕਿ ਗੁਰੂ ਘਰ ਆਉਂਦਾ ਜਾਂਦਾ ਇੱਕ ਸ਼ਰਤਾਂ ਰੱਖਦਾ ਉਹਦਾ ਉੱਥੇ ਜਾਣਾ ਤੇ ਉਸ ਤੋਂ ਬਾਅਦ ਉਹਦੀ ਕੁੱਟਮਾਰ ਹੋਣੀ ਮੈਂ ਤਾਂ ਹੁਣ ਥੋੜੀ ਦਿਰ ਪਹਿਲਾਂ ਕਮਰਾ ਦੇਖ ਰਿਹਾ ਸੀ ਕਿ ਉਹਨੂੰ ਪਟਿਆਲੇ ਦੇ ਰਜਿੰਦਰ ਹਸਪਤਾਲ ਲਿਆਂਦਾ ਗਿਆ ਉਹਦੀ ਹਾਲਤ ਜਿਹੜੀ ਹੈ ਉਹ ਬੇਹਤ ਵਿਗੜ ਗਈ ਹੈ ਉਹ ਕਿਤੇ ਉਹ ਚਮਕੌਰ ਸਾਹਿਬ ਵਾਲਾ ਪਾਣਾ ਨਾ ਵਾਪਰ ਜੇ ਪਰ ਜਦੋਂ ਇਹ ਕੁਝ ਵਾਪਰਦਾ ਤਾਂ ਸਮਝ ਨਹੀਂ ਆਉਂਦੀ ਕਿ ਉਹਨੂੰ ਕਿਵੇਂ ਡਿਫਾਈਨ ਕੀਤਾ ਜਾਵੇ ਕਿ ਉਹਨੂੰ ਵਾਕਈ ਬੇਅਦਬੀ ਕਿਹਾ ਜਾਵੇ ਜਾਂ ਫਿਰ ਜਿਵੇਂ ਆਪਾਂ ਇੱਕ ਨਸ਼ਾ ਪੀੜਤ ਦੀ ਗੱਲ ਕਰਦੇ ਆ ਕਿ ਉਹਨੂੰ ਤੁਸੀਂ ਨਸ਼ੇੜੀ ਦੀ ਨਜ਼ਰ ਤੋਂ ਨਾ ਦੇਖੋ ਉਹਨੂੰ ਇੱਕ ਪੀੜਤ ਦੀ ਨਜ਼ਰ ਤੋਂ ਦੇਖੋ ਉਹਦੇ ਨਾਲ ਹਮਦਰਦੀ ਕਰਕੇ ਦੇਖੋ ਫਿਰ ਉਸ ਮਾਮਲੇ ਨਾਲ ਨਜਿੱਠਿਆ ਜਾ ਸਕਦਾ ਹੈ ਸਕਵਿੰਦਰ ਅਸੀ ਦੇ ਇੰਨਾ ਮਾਦ ਮਾਰੀ ਸਵੇਰ ਦੀ ਕਰ ਚੁੱਕੇ ਆ ਇਸ ਮੁੱਦੇ ਤੇ ਅਸੀਂ ਬਾਰ ਬਾਰ ਗੋਹਾਰ ਲਾ ਰਹੇ ਆ ਕਿ ਇਸ ਗੱਲ ਨੂੰ ਸ਼ਾਂਤਮਈ ਢੰਗ ਦੇ ਨਾਲ ਸਮਝੋ ਇੰਨਾ ਗੱਲਾਂ ਦੇ ਉੱਤੇ ਆਪਾਂ ਤਤਪਰਤਾ ਜਾਂ ਆਪਣਾ ਧਾਰਮਿਕ ਜਨੂਨ ਨੂੰ ਭਾਰੀ ਨਾ ਹੋਣ ਦਿਓ ਕਿਉਂ ਸਿੱਖ ਇੱਕ ਇਹੋ ਜਿਹਾ ਸਿੱਖੀ ਦਾ ਪਲੇਟਫਾਰਮ ਆ ਜਿਹੜਾ ਬੜਾ ਵਿਸ਼ਾਲ ਆ ਜਿਹੜਾ ਹਰ ਕਿਸਮ ਦੇ ਸਮੁਦਾਏ ਜਾਤ ਮਜਬੂ ਆਪਣੇ ਕਲਾਵੇ ਚ ਲੈ ਕੇ ਚੱਲਦਾ ਇਹਦਾ ਮਤਲਬ ਕਿ ਇਹਨਾਂ ਦੀ ਇਹਨਾਂ ਦਾ ਵਿਚਾਰ ਇਹਨਾਂ ਦੀ ਸੋਚ ਦਾ ਆਧਾਰਾ ਵੀ ਉਨਾ ਹੀ ਵੱਡਾ ਉਹਨਾ ਵਿਸ਼ਾਲ ਹੋਣਾ ਚਾਹੀਦਾ ਤਾਂ ਹੀ ਇਨੀਆਂ ਲਗ ਲਗ ਵਿਭਿੰਨ ਚੀਜ਼ਾਂ ਵਿਚਾਰ ਲੋਕ ਉਹਦੇ ਚ ਸਮੋਹ ਸਕਣਗੇ ਨਹੀਂ ਤੇ ਫਿਰ ਅਸੀਂ ਨਹੀਂ ਉਸ ਗੱਲ ਦੇ ਉੱਤੇ ਪੂਰੇ ਉੱਤਰ ਸਕਾਂਗੇ ਜੋ ਅਸੀਂ ਕਲੇਮ ਕਰਦੇ ਆ ਇਹ ਦੋਵੇਂ ਗੱਲਾਂ ਦਾ ਆਪਾਂ ਜਿਵੇਂ ਉਹ ਬੀਬੀ ਦਾ ਕੀਤਾ ਹੁਣ ਉਹਦੇ ਚ ਨਵੀਂ ਗੱਲ ਜੋੜਤੀ ਜੀ ਉਹਨੇ दारू ਤੇ ਪੀਤਾ ਹੀ ਪੀਤਾ ਉਹ ਤਮਾਕੂ ਕੱਢ ਰਹੀ ਸੀ ਤਮਾਕੂ ਕਿੱਥੇ ਗਿਆ ਕੀ ਹੋਇਆ ਇਹ ਤੇ ਹੁਣ ਗੱਲਾਂ ਗਾਂ ਤੋਂ ਬਾਅਦ ਸੀ ਕੁਛ ਵੀ ਹੋਵੇ ਇੱਕ ਇਹ ਗੱਲ ਉਸ ਪਟਿਆਲੇ ਵਾਲੀ ਬੀਬੀ ਦੀ ਸਾਬਤ ਹੋ ਗਈ ਹੈ ਕਿ ਉਹ ਘਰੋਂ ਸਿੱਖ ਸੀਗੀ ਉਹਦਾ ਇਹ ਹਾਲਤ ਖਰਾਬ ਸੀਗੀ ਉਹ ਕਿੰਨੇ ਸਾਲ ਚਿਰਾਂ ਤੋਂ ਬਾਹਰ ਸੀਗੀ ਕਰਾਂ ਤੇ ਉਸ ਗੱਲ ਕਰਕੇ ਵੀ 20 ਸਾਲ ਹੋ ਗਏ ਡਾਈਵੋਰਸ ਹੋ ਗਿਆ ਤਾਂ ਉਹਦਾ ਇਲਾਜ ਵੀ ਚੱਲ ਰਿਆ ਸੀ ਅਲਕੋਹਲਿਜ਼ਮ ਦਾ दारू ਤੋਂ ਬਾਹਰ ਆਉਣ ਦਾ ਉਹਦੇ ਆਪਣੇ ਹੀ ਪਰਸ ਵਿੱਚੋਂ ਪਰਚੀ ਨਿਕਲੀ ਆ ਇਹ ਸਾਰੀਆਂ ਗੱਲਾਂ ਸਾਹਮਣੇ ਹੈਗੀਆਂ ਹਾਂ ਉਹਨਾਂ ਦੇ ਮਾਪੇ ਇੰਨੇ ਪਰੇਸ਼ਾਨ ਸੀ ਕਿ ਉਹਨਾਂ ਦੇ ਉਹਦੀ ਲਾਸ਼ ਨੂੰ ਵੀ ਆਪਣੇ ਉਦਾ ਸੰਸਕਾਰ ਕਰਨ ਤੋਂ ਇਨਕਾਰ ਕੀਤਾ ਉਹਨਾਂ ਨੂੰ ਡਰਦੀ ਆ ਕਿ ਸਾਨੂੰ ਲੋਕ ਇਹਦੇ ਨਾਲ ਜੋੜਨਗੇ ਸਵਾਲ ਇਹ ਪੈਦਾ ਹੁੰਦਾ ਕਿ ਇਹ ਹੈ ਤੇ ਬੜੀ ਮਾੜੀ ਗੱਲ ਸਾਨੂੰ ਵੀ ਬਹੁਤ ਬੁਰੀ ਲੱਗਦੀ ਕਿਸੇ ਨੂੰ ਵੀ ਸਧਾਰਨ ਬੰਦੇ ਨੂੰ ਵੀ ਜਿਹੜਾ ਨਹੀਂ ਵੀ ਸਿੱਖ ਉਹਨੂੰ ਵੀ ਬੁਰੀ ਲੱਗੂਗੀ ਕਿ ਕਿਸੇ ਦੀ ਆਸਥਾ ਦੇ ਉੱਤੇ ਕਿਉਂ ਥੇਸ ਪਚਾਉਣੀ ਆ ਪਰ ਜਿਹੜੇ ਉੱਥੇ ਸੇਵਾਦਾਰ ਆ ਉਹਨਾਂ ਨੂੰ ਇੰਨਾ ਕਿਤੇ ਆਪਾਂ ਕਹੀਏ ਕਿ ਭਾਈ ਆਪ ਹੀ ਸੋਦੇ ਨਾ ਆਪਾਂ ਲਾਉਣ ਲੱਗ ਜਾਈਏ ਉਹਦੇ ਨਾਲ ਇੱਕ ਬੜੀ ਮਾੜੀ ਪ੍ਰਥਾ ਬਣ ਜੂਗੀ ਤੇ ਜਿਹਦੇ ਵਿੱਚੋਂ ਇੱਕ ਅਲੱਗ ਕਿਸਮ ਦਾ ਸਨੇਹਾ ਜਾਊਗਾ ਅ ਔਰ ਉਹ ਜਾ ਰਿਹਾ ਹੋ ਕੀ ਰਿਹਾ ਮੈਨੂੰ ਇੱਕ ਹੁਣੇ ਡੀਐਸਪੀ ਦਾ ਫੋਨ ਆਇਆ ਇੰਟਾਇਰ ਡੀਐਸਪੀ ਦਾ ਕਹਿੰਦਾ ਜੀ ਸਰ ਸਾਹਿਬ ਮੈਂ ਸਾਰੀ ਗੱਲ ਬਾਰੇ ਇੱਕ ਤੁਹਾਨੂੰ ਥੋੜੀ ਜੀ ਸਲਾਹ ਤੁਹਾਡੇ ਨਾਲ ਕਰਨੀ ਚਾਹੁੰਦਾ ਇਨਫੋਰਮੇਸ਼ਨ ਦੇਣੀ ਚਾਹੁੰਦਾ ਮੈਂ ਦੱਸੋ ਉਹ ਕਹਿੰਦੇ ਜੀ ਇਹੋ ਜੇ ਕਮਲੇ ਲੋਕ ਇਹ ਜਾਣਦੇ ਸਾਰੀ ਜਗ੍ਹਾ ਇਹ ਮੰਦਰ ਚ ਵੀ ਜਾਂਦੇ ਆ ਇਹ ਮਸਜਿਦ ਚ ਵੀ ਜਾਂਦੇ ਆ ਇਹ ਗੁਰਦੁਆਰਾ ਸਾਹਿਬ ਚ ਵੀ ਜਾਂਦੇ ਆ ਫਰ ਕਿ ਨਾ ਆ ਕਿ ਉਹ ਜਦੋਂ ਇਹੋ ਜਿਹੇ ਲੋਕਾਂ ਨੂੰ ਦੇਖਦੇ ਆ ਜਿਹੜੇ ਇੱਕ ਸਹੀ ਮਾਨਸਿਕ ਪ੍ਰਸਥਿਤੀ ਚ ਨਹੀਂ ਹੈਗੇ ਤਾਂ ਉਹ ਉਹਨਾਂ ਨੂੰ ਹੌਲੀ ਜੀ ਫੜ ਕੇ ਉੱਥੋਂ ਦੇ ਲੋਕ ਬਾਹਰ ਕਰ ਦਿੰਦੇ ਆ ਚਲੇ ਜਾਂਦੇ ਆ ਉੱਥੋਂ ਸਾਡੇ ਕੀ ਇੰਨਾ ਪੜਕ ਕਿ ਉਹਨੂੰ ਜਦੋਂ ਕੁੱਟਦੇ ਆ ਮਾਰਦੇ ਆ ਉਹ ਖਬਰ ਪੰਡ ਜਾਂਦੀ ਆ ਉਹ ਤੋਂ ਮੀਡੀਆ ਚ ਪੁੜਕ ਪੁੜਕ ਕੇ ਮੈਂ ਹੁਣ ਕੋਈ ਜੀ ਟੀਵੀ ਚੈਨਲਾਂ ਤੇ ਦੇਖ ਰੇ ਸੀ ਉਹ ਅੱਜ ਵਾਲੀ ਰਾਜਪੂਰੇ ਵਾਲੀ ਵੀ ਘਟਨਾ ਨੂੰ ਇੰਜ ਪੇਸ਼ ਕਰ ਰਹੀ ਸੀ ਕਿ ਕਿਸੇ ਦੀਛਾਜੇ ਚ ਆ ਉਥੇ ਵੀ ਅਦਬੀ ਖਾਨ ਆਇਆ ਸੀਗਾ ਇਸ ਕਰਕੇ ਉਹ ਜੋ ਕੀਤਾ ਉਹ ਠੀਕ ਕੀਤਾ ਜਾਨੀ ਉਸ ਪਾਸੇ ਨੂੰ ਗੱਲ ਲਜਾਇਆ ਜਾਇਆ ਗਈ ਸੀ ਇਹਦਾ ਮਤਲਬ ਇਹ ਹੈ ਕਿ ਸਿੱਖ ਜਿਹੜੇ ਆ ਉਹਨਾਂ ਚ ਸ਼ੈਣਸ਼ੀਲਤਾ ਨਹੀਂ ਹੈ ਇੱਕ ਕਟੜਪੰਥੀ ਹੈ ਵੈਸੇ ਜੇ ਜਾ ਰਿਹਾ ਉਹਦੇ ਚ ਕਿਹਾ ਇਹ ਜਾ ਰਿਹਾ ਕਿ ਇਹ ਇਨਸਾਫ ਕੀਤਾ ਜਾ ਰਿਹਾ ਆ ਸਿੱਖੀ ਦੇ ਜਿਹੜੇ ਕੋਈ ਵੀ ਰੌ ਰੀਤਾਂ ਜਾਂ ਮਰਿਆਦਾ ਦਾ ਹੁਣੇ ਕੋਈ ਗੱਲ ਕਹਿ ਰਹੇ ਸੀਗੇ ਸਿੱਖ ਸਕਾਲਰ ਉਸ ਦੇ ਨਾਲ ਜਦੋਂ ਕੋਈ ਖਲਵਾੜ ਕਰੂਗਾ ਤੇ ਇਹੋ ਜਿਹਾ ਹੋਣਾ ਇਹ ਨੇਚਰਲ ਆ ਪਰ ਦੂਜਾ ਮੈਸੇਜ ਕੀ ਜਾ ਰਿਹਾ ਕਿ ਇਹ ਅਸ਼ੈ ਅਸੈਣ ਸ਼ੀਲਕਾ ਵਾਲੇ ਲੋਗ ਆ ਫਿਰ ਇੰਨਾ ਚ ਤੇ ਜਿਹੜੇ ਦੂਸਰੇ ਬਜਰੰਗ ਦਲ ਜਿਨ੍ਹਾਂ ਨੂੰ ਅਸੀਂ ਇਸ ਤਰੀਕੇ ਨਾਲ ਜਿਹੜਾ ਕਰਨਾਟਕਾ ਦੀ ਕਾਂਗਰਸ ਨੇ ਆਪਣੇ ਮੈਨੀਫੈਸਟੋ ਚ ਲਿਖਿਆ ਕਿ ਅਸੀਂ ਇਹਨਾਂ ਨੂੰ ਬੈਨ ਕਰਾਂਗੇ ਜਾਂ ਇੱਥੇ ਹੋਰ ਗਊ ਰક્ષਕ ਜਿਵੇਂ ਪਿੱਛੇ ਉਹਨਾਂ ਨੇ ਜੋ ਕੁਝ ਕੀਤਾ ਗਊ ਰੱਖਿਆ ਦੇ ਨਾਂ ਤੇ ਬੰਦੇ ਮਾਰੇ ਆ ਜਾਂ ਹੋਰ ਨਾ ਜਗ੍ਹਾ ਤੇ ਵੀ ਇਹ ਸਾਰਾ ਕੁਝ ਹੁੰਦਾ ਹੈ ਤਾਂ ਆਪਾਂ ਜਾਂ ਤੁਸੀਂ ਐਵੇਂ ਹੀ ਕਰੋ ਇਸਲਾਮ ਦੇ ਵਿੱਚ ਵੀ ਕੱਟੜ ਪੰਥੀ ਜਿਵੇਂ ਕੋਈ ਉਹੋ ਜਿਹੀ ਗੱਲ ਕਰ ਦੇ ਤਾਂ ਕਿਵੇਂ ਉਹਨਾਂ ਨੂੰ ਭਾਵੇਂ ਉਹ ਨਜ਼ਾਬ ਦੀ ਗੱਲ ਹੋਵੇ ਜਾਂ ਕੋਈ ਉਨ੍ਹਾਂ ਦਾ ਜੋ ਵੀ ਹੈ ਇਰਾਨ ਦੇ ਵਿੱਚ ਪਿੱਛੇ ਕਿੰਨਾ ਜ਼ਿਆਦਾ ਹੋਇਆ ਕਿੰਨੀਆਂ ਮੌਤਾਂ ਹੋਈਆਂ ਕਿੰਨੇ ਪ੍ਰੋਟੈਸਟ ਹੋਏ ਜੈਂਡਰ ਦੇ ਨਾਂ ਤੇ ਕਿ ਕੱਪੜੇ ਕਿਹੋ ਜਿਹੇ ਪਾਉਣੇ ਚਾਹੀਦੇ ਕਿਹੋ ਜਿਹੇ ਨਹੀਂ ਇਹ ਸਾਰਾ ਕੁਝ ਆਪਾਂ ਇਸ ਪਾਸੇ ਨੂੰ ਜੇ ਕੱਟੜ ਪੰਥੀਆਂ ਵੱਲ ਲੈ ਜਾਾਂਗੇ ਤਾਂ ਫਿਰ ਮੈਨੂੰ ਲੱਗਦਾ ਕਿ ਬਾਕੀ ਧਰਮ ਨਾਲੋਂ ਸਾਡਾ ਧਰਮ ਦਾ ਕੀ ਫਰਕ ਰਹੂਗਾ ਫਿਰ ਤੇ ਲੋਕ ਕਹਿਣਗੇ ਕਿ ਯਾਰ ਇਹ ਤਾਂ ਫਿਰ ਸਾਰੇ ਇੱਕੋ ਜਿਹੇ ਹੀ ਆ ਅੱਜ ਦੀ ਤਰੀਕ ਦੇ ਵਿੱਚ ਅਸੀਂ ਜੇ ਆਪਣੀ ਵਿਲੱਖਣ ਹੋਂਦ ਵਲੱਖਣ ਰਸਤਾ ਵਲੱਖਣ ਸੋਚ ਜਿਹੜੀ ਕਿ ਇੱਕ ਮੂਵਮੈਂਟ ਦਾ ਹਿੱਸਾ ਆ ਔਰ ਜਿਹੜੀ ਸਾਡੀ ਸਿੱਖੀ ਦੇ ਵਿੱਚ ਲੋਕਾਂ ਨੂੰ ਕਿਵੇਂ ਬੇਇਨਸਾਫੀ ਦੇ ਵਿਰੁੱਧ ਜੂਝਣਾ ਆ ਕਿਵੇਂ ਲੋਕਾਂ ਦੇ ਨਾਲ ਆਮ ਬੰਦਿਆਂ ਨਾਲ ਮਜ਼ਲੂਮਾਂ ਦੇ ਨਾਲ ਜਿਹੜਾ ਤੱਕਾ ਹੁੰਦਾ ਉਹਨਾਂ ਦਾ ਸਹਾਰਾ ਬਣਨਾ ਆ ਇਹ ਸਿੱਖਿਆ ਸਾਨੂੰ ਆ ਜਿਹੜਾ ਉੱਚ-ਨੀਚ ਦਾ ਛੂਹ-ਛੂਤ ਦਾ ਔਰਤ-ਮਰਦ ਦੇ ਵੱਖਰੇਵੇਂ ਪਾਏ ਆ ਇਸ ਨੂੰ ਮਿਟਾ ਕੇ ਇੱਕ ਇਨਸਾਨ ਜਿਵੇਂ ਰੱਬ ਭੇਜਦਾ ਸਾਨੂੰ ਧਰਤੀ ਤੇ ਉਸੇ ਰੂਪ ਚ ਕਿਵੇਂ ਦੇਖਣਾ ਸੀ ਉਹ ਕੋਈ ਜਾਤ ਨਹੀਂ ਦੇਖਦਾ ਕੋਈ ਪਾਤ ਨਹੀਂ ਦੇਖਦਾ ਕੋਈ ਹੋਰ ਚੀਜ਼ ਨਹੀਂ ਦੇਖਦਾ ਬਾਕੀ ਦੇ ਅਸੀਂ ਧਰਤੀ ਤੇ ਆਪ ਬਣਾਏ ਆ ਤੇ ਉਸ ਤਰੀਕੇ ਨਾਲ ਇਨਸਾਨ ਨੂੰ ਇਨਸਾਨ ਸਮਝਣਾ ਤੇ ਉਸ ਇਨਸਾਨੀਅਤ ਨੂੰ ਧਰਮ ਸਮਝਣਾ ਉਸ ਦੇ ਉਹ ਤੁਰਾਇਆ ਸਿੱਖੀ ਦਾ ਪਰ ਜੇ ਇਹ ਮੁੰਡਾ ਨੌਜਵਾਨ ਉਦੀ ਮਾਰੂਰੂ ਕੇ ਕੀ ਕਹਿ ਰਹੀ ਸੀ ਕਿ 1980 217 ਤੋਂ ਪਿਛਲੇ 56 ਸਾਲਾਂ ਤੋਂ ਉਹ ਗੋਲੀਆਂ ਲੈਂਦਾ ਕਈ ਵਾਰੀ ਉਹ ਦਵਾਈ ਵੀ ਨਹੀਂ ਲੈਂਦਾ ਉਹ ਜਿੜ ਜਾਂਦਾ ਉਹ ਅਗਰੈਸਿਵ ਹੋ ਜਾਂਦਾ ਉਹਦਾ ਭਰਾ ਸੀ ਉਹ ਪਹਿਲਾਂ ਗੋਲੀ ਦੇ ਦਿੰਦਾ ਸੀ ਮੇਰੇ ਕੋ ਨਹੀਂ ਲੈਂਦਾ ਉਹ ਤੇ ਸੀਗਾ ਤੇ ਬੇहद شریف ਪਰ ਉਹ ਡਿਪਰੈਸ਼ਨ ਦਾ ਸ਼ਿਕਾਰ ਹੋਣ ਕਰਕੇ ਡਿਪਰੈਸ਼ਨ ਦਾ ਦੋ ਹੰਦਾਂ ਜਾਂ ਤੇ ਚੁੱਪ ਰਹਿੰਦੇ ਜਾਂ ਅਗਰੈਸਿਵ ਹੋ ਜਾਂਦੇ ਐਕਸਟ੍ਰੀਮ ਅਗਰੈਸਿਵ ਹੋ ਜਾਂਦੇ ਬਹੁਤ ਕੁਝ ਕਰਦੇ ਉਹ ਆਪਣੇ ਆਪ ਨੂੰ ਵੀ ਕਰ ਸਕਦੇ ਦੂਜੇ ਨੂੰ ਵੀ ਕਰ ਸਕਦੇ ਉਹਨਾਂ ਚੋਂ ਕਈ ਜਿਹੜੇ ਐਕਸਟ੍ਰੀਮ ਤੇ ਚਲੇ ਜਾਂਦੇ ਆ ਸੂਏ ਸਾਈਡ ਵੀ ਕਰਦੇ ਆ ਇਹ ਮੈਂ ਨਹੀਂ ਕਹਿ ਰਿਹਾ ਮੈਂ ਆਪਣੇ ਕੁਝ ਸਾਈਕੀਆਟ੍ਰਿਕ ਡਿਪਾਰਟਮੈਂਟਾਂ ਦੇ ਡਾਕਟਰਾਂ ਦੀ ਕੰਸਲਟੇਸ਼ਨ ਜਾਂ ਉਹਨਾਂ ਦੀ ਸਮਝ ਚੋਂ ਸਾਰਾ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਹੁਣ ਉਸ ਆਪਣੀ ਡਿਫਾਇਨਸ ਚੋਂ ਕਹ ਲਓ ਕਿਸ ਮਾਂ ਇੱਕ ਚੰਗਾ ਪਿਆ ਨੌਜਵਾਨ ਮੁੰਡਾ ਉਹ ਸਾਡਾ ਐਸੈਟ ਹੈ ਉਹ ਕਿਸੇ ਮਾਂ ਦਾ ਬੱਚਾ ਆ ਉਹ ਕਿਸੇ ਮਾਂ ਦਾ ਪਿਆਰ ਹੈ ਕਿਸੇ ਮਾਂ ਦੀ ਉਮੀਦ ਹੈ ਜਿਹੜੀ ਅੱਜ ਬੈਠੀ ਰੋ ਰਹੀ ਆ ਉਹ ਗਰੀਬ ਉਹ ਕਹਿੰਦੀ ਮੈਨੂੰ ਮਾਰ ਦਿਓ ਮੈਂ ਸ਼ਹੀਦ ਹੋਣ ਲਈ ਤਿਆਰ ਆ ਤੁਸੀਂ ਮੇਰੇ ਬੱਚੇ ਨੂੰ ਇੰਨਾ ਅਧਮੋਇਆ ਕਰਤਾ ਇਹ ਠੀਕ ਨਹੀਂ ਹੈਗਾ ਇਹ ਕੀ ਕੰਮ ਹੈ ਇਹ ਰੋਜ਼ ਹੋਣਗੇ ਬੜਾ ਦਿਲ ਦੁਖ ਰਿਹਾ ਮੈਂ ਤੇ ਸੱਚੀ ਨਿਰਾਸ਼ ਆ ਇਸ ਗੱਲ ਤੇ ਦੁਖੀ ਵੀ ਹੈਗੇ ਆ ਪਰ ਇੱਕ ਹੰਬਲ ਅਸੀਂ ਅਪੀਲ ਕਰਦੇ ਆ ਸਾਡੇ ਜਿਹੜੇ ਉੱਥੇ ਸੇਵਾਦਾਰ ਆ ਕਿ ਜਿਹੜੀ ਸਿੱਖੀ ਦੀ ਸੈਨਟੀਟੀ ਆ ਜਾਂ ਸਿੱਖ ਦੀ ਉੱਚ ਉਚਿਤਮਤਾ ਹੈਗੀ ਆ ਜਿਹੜੀ ਉਹਦੀ ਸੁਪਰੀਮਤੀ ਆ ਸੁਪਰੀਮੋ ਦੀ ਪੋਜੀਸ਼ਨ ਹੈਗੀ ਆ ਉਸ ਨੂੰ ਇਹੋ ਜੇ ਇੱਕੜ ਟੁਕੜ ਲੋਕ ਥੋੜੀ ਉਹਨੂੰ ਥੱਲੇ ਦਾਗੀ ਕਰ ਸਕਦੇ ਆ ਜਾਂ ਉਹਦੇ ਤੇ ਕੋਈ ਉਹਦੇ ਤੇ ਮਾੜਾ ਅਸਰ ਪਾ ਸਕਦੇ ਜੇ ਅਸੀਂ ਇਹਨਾਂ ਲੋਕਾਂ ਨੂੰ ਸਮਝਾ ਬਿਝਾ ਕੇ ਰਸਤੇ ਤੇ ਲਿਆਉਣ ਦੀ ਕੋਸ਼ਿਸ਼ ਕਰਾਂਗੇ ਉਹ ਸਾਡੀ ਸੇਵਾ ਹੋਊਗੀ ਪਿੰਗਲਵਾੜੇ ਚ ਕਿੰਨੀ ਭਗਤਪੂਰਨ ਦਾਸ ਨੇ ਸੇਵਾ ਕੀਤੀ ਉੱਥੇ ਇਹੋ ਜਿਹਾ ਯਤੀਮ ਖਾਨਾ ਐ ਐਸਜੀਪੀਸੀ ਦੇ ਨਾਂ ਤੇ ਹੀ ਚੱਲਦਾ ਮੇਰਾ ਖਿਆਲ ਅੰਬਰਸਰ ਦੇ ਵਿੱਚ ਉੱਥੇ ਹੈਗਾ ਮੇਰੇ ਫਾਦਰੇ ਕਰੀ ਕਾਫੀ ਪੈਸੇ ਉੱਥੇ ਦੇ ਕੇ ਆਏ ਸੀ ਮੈਂ ਨਾਲ ਗਿਆ ਸੀ ਇਸ ਲਈ ਆਪਾਂ ਨੂੰ ਦੂਜੇ ਪਾਸੇ ਨੂੰ ਸੋਚੀਏ ਕਿ ਜਿਹੜੇ ਪੀੜਤ ਲੋਕ ਐ ਦੋਵੇਂ ਕੇਸਾਂ ਚ ਪੀੜਤ ਸਬੂਤ ਹੁੰਦੇ ਆ ਐ ਮੁੰਡਾ ਵੀ ਤੇ ਉਹ ਜਿਹੜੀ ਲੇਡੀ ਵੀ ਦੁਖਨਿਵਾਰ ਸਭ ਗੁਰਦੁਆਰੇ ਚ ਜਿੰਨੂੰ ਗੋਲੀ ਨਾਲ ਮਾਰ ਦਿੱਤਾ ਇਸ ਲਈ ਆਪਾਂ ਇੰਨੇ ਅਸੈਂਸ਼ੀਅਲਤਾ ਨਾ ਹੋਈਏ ਇੰਨੇ ਅਸੀਂ ਪਟਕੀਏ ਨਾ ਅਸੀਂ ਇੰਨਾ ਅਧਾਰਮਿਕ ਆਪਣੀਆਂ ਭਾਵਨਾ ਚ ਵਹਿ ਕੇ ਕੁਝ ਅਹ ਨਾ ਕਰੀਏ ਕਿ ਧਰਮ ਨੂੰ ਬਚਾਉਣ ਦੀ ਨਾਂ ਤੇ ਧਰਮ ਦੀ ਰੱਖਿਆ ਕਰਨ ਦੇ ਨਾਂ ਤੇ ਅਸੀਂ ਕਿਤੇ ਧਰਮ ਨੂੰ ਠੇਸ ਨਹੀਂ ਪਹਚਾਰੇ ਇਹ ਸਾਨੂੰ ਜ਼ਰੂਰ ਫਰਕ ਪਾ ਕੇ ਚੱਲਣਾ ਪਊਗਾ ਮੈਂ ਆਖਰੀ ਕਵਰ ਲਾਵਾਂਗਾ ਮੈਟਰ ਇਹ ਵੀ ਬੇहद ਅਹਿਮ ਹੈ ਇੱਕ ਵਾਸਤੇ ਤਾਂ ਚਲੋ ਆਵਾਰਾ ਪਸ਼ੂਆਂ ਦੀ ਗੱਲ ਹੁੰਦੀ ਹੈ ਕਿਸਾਨ ਬੜੇ ਦਿੱਕਤਾਂ ਦੇ ਵਿੱਚ ਹੁੰਦੇ ਪਿੰਡੂ ਤੇ ਸ਼ਹਿਰ ਕਿਤੇ ਦੋਨੋਂ ਪਾਸੇ ਇਧਰ ਪਿੰਡਾਂ ਦੇ ਵਿੱਚ ਹੁੰਦਾ ਕਿ ਫਸਲ ਨੂੰ ਖਰਾਬ ਕਰ ਜਾਂਦੇ ਨੇ ਸ਼ਹਿਰੀ ਕਿਤੇ ਤੇ ਹੁੰਦਾ ਕਿ ਕਿਸੇ ਬੰਦੇ ਨੂੰ ਚੋਟ ਮਾਰ ਜਾਂਦੇ ਨੇ ਜਾਂ ਫਿਰ ਬਹੁਤ ਵੱਡਾ ਨੁਕਸਾਨ ਵੀ ਪਹੁੰਚਾ ਜਾਂਦੇ ਨੇ ਜਦੋਂ ਆਪਸ ਚ ਅਸੀਂ ਡੰਗਰਾਂ ਦੀ ਇਹੋ ਜਿਹੀ ਕੋਈ ਲੜਾਈ ਦੇਖਦੇ ਆਂ ਆਵਾਰਾ ਪਸ਼ੂਆਂ ਦੇ ਮੈਟਰ ਚੋ ਭਾਵੇਂ ਕੁੱਤਿਆਂ ਦਾ ਮਸਲਾ ਹੋਵੇ ਪਿੰਡਾਂ ਸ਼ਹਿਰਾਂ ਚ ਇਹ ਬਰਾਬਰ ਦਾ ਹੀ ਹੁੰਦਾ ਇਹਨੂੰ ਲੈ ਕੇ ਸਰਕਾਰ ਨੇ ਕਿਹਾ ਕੱਢਦੇ ਆ ਕੋਈ ਹੱਲ ਇਹਨੂੰ ਲੈ ਕੇ ਖਬਰਾਂ ਖੁਬਰਾ ਵੀ ਚੱਲ ਰਹੀਆਂ ਨੇ ਪਰ ਇਹਦੇ ਨਾਲ ਜਦੋਂ ਅਸੀਂ ਇੱਕ ਉਮੀਦ ਕਰਦੇ ਆਂ ਕਿ ਵਾਤਾਵਰਨ ਨੂੰ ਕਿੱਦਾਂ ਬਚੋਣਾ ਮਤਲਬ ਕਿ ਇਹ ਚੀਜ਼ਾਂ ਸਾਰੀਆਂ ਹੁੰਦੀਆਂ ਨਾ ਅਸੀਂ ਧਰਤੀ ਦੇ ਉੱਤੇ ਸਮਾਜ ਤੇ ਰਹਿੰਦੇ ਲੋਕਾਂ ਦੀ ਰਾਖੀ ਦੇ ਲਈ ਇਨਸਾਨੀਅਤ ਦੀ ਰਾਖੀ ਲਈ ਅਸੀਂ ਕੀ ਕਰ ਸਕਦੇ ਆ ਅਸੀਂ ਕਣਕ ਦੇ ਨਾੜ ਨੂੰ ਅੱਗ ਲਾਈ ਉਹ ਖੇਤਾਂ ਦੇ ਨਾਲ ਨਾਲ ਬਾਗਾਂ ਨੂੰ ਵੀ ਲੱਗੀ ਪਾਰਕਾਂ ਨੂੰ ਵੀ ਲੱਗੀ ਕਈ ਇਹੋ ਜਿਹੀਆਂ ਥਾਵਾਂ ਨੂੰ ਵੀ ਲੱਗੀ ਜਿਹਦੇ ਨਾਲ ਜਨਤਕ ਤੌਰ ਤੇ ਜਾਂ ਨਿੱਜੀ ਤੌਰ ਤੇ ਜਿਹੜੇ ਲੋਕਾਂ ਦੀ ਥਾਂ ਸੀ ਉਹਨੂੰ ਵੀ ਨੁਕਸਾਨ ਪਹੁੰਚਿਆ ਤਾ ਇਹਨੂੰ ਲੈ ਕੇ ਬਹੁਤ ਵੱਡੇ ਸਵਾਲ ਖੜੇ ਹੋ ਰਹੇ ਨੇ ਕਿ ਕਦੋਂ ਇਸ ਪਾਸੇ ਵੱਲ ਨੂੰ ਸੋਚਿਆ ਜਾਵੇਗਾ ਸਰਕਾਰ ਦੀ ਸ਼ਾਬਾਸ਼ੀ ਹੈ ਕਿ ਉਹ ਆਵਾਰਾ ਜਿਹੜੇ ਪਰਸ਼ੂ ਨੇ ਉਹਨਾਂ ਤੇ ਕੰਟਰੋਲ ਕਰੂਗੀ ਪਰ ਅਸੀਂ ਆਪਣੇ ਆਪ ਤੇ ਕਦੋਂ ਕੰਟਰੋਲ ਕਰਾਂਗੇ ਇਹ ਬਹੁਤ ਵੱਡਾ ਸਵਾਲ ਹੈ ਇਹ ਦੋਵੇਂ ਗੱਲਾਂ ਇੰਪੋਰਟੈਂਟ ਹੈਗੀਆਂ ਜੇ ਆਪਾਂ ਸਿਆਣੇ ਨਹੀਂ ਹੋਵਾਂਗੇ ਤੇ ਫਿਰ بار بار ਅਸੀਂ ਧੋਖਾ ਖਾਵਾਂਗੇ ਆਪਣੇ ਆਪ ਨੂੰ ਵੀ ਧੋਖਾ ਦੇ ਰਹੇ ਹੋਵਾਂਗੇ ਤੇ ਸਮਾਜ ਨੂੰ ਵੀ ਤੇ ਆਪਣਾ ਨੁਕਸਾਨ ਵੀ ਕਰਾ ਰਹੇ ਹੋਵਾਂਗੇ ਭਾਵੇਂ ਉਹ ਪਾਣੀਆਂ ਦਾ ਮਸਲਾ ਭਾਵੇਂ ਸਾਫ਼ ਹਵਾ ਦਾ ਮਸਲਾ ਭਾਵੇਂ ਸਾਡੇ ਆਪਣੀ ਸਿਹਤ ਦਾ ਮਸਲਾ ਭਾਵੇਂ ਸਮਾਜ ਦੀ ਸਿਹਤ ਦਾ ਮਸਲਾ ਇਹ ਸਾਰੀਆਂ ਗੱਲਾਂ ਵੱਡੀਆਂ ਹੈਗੀਆਂ ਉਹਦੇ ਪ੍ਰਤੀ ਸਾਨੂੰ ਚੇਤਨ ਹੋਣਾ ਪਊਗਾ ਇਹ ਜ਼ਰੂਰੀ ਨਹੀਂ ਕਿ ਪੜ੍ਹਾਈ ਕਰਕੇ ਤੁਸੀਂ ਚੇਤਨ ਹੁੰਨੇ ਆਂ ਵੈਸੇ ਵੀ ਤੇ ਸਾਡੀ ਜਦੋਂ ਇਮਾਨਦਾਰੀ ਦਾ ਜੀਵਨ ਜੀਣਾ ਚਾਹੁੰਦੇ ਆ ਇੱਕ ਸਾਦਾ ਜੀਵਨ ਜੀਣਾ ਚਾਹੁੰਦੇ ਆ ਤਾਂ ਉਹਦੇ ਚੋਂ ਆਪਣੇ ਆਪ ਹੀ ਇੱਕ ਬਹੁਤ ਵੱਡੀ ਸੋਚ ਉਪਜਦੀ ਹੈ ਜਿਹਦੇ ਜਿਹਦੇ ਤਹਿਤ ਅਸੀਂ ਪੰਜਾਬ ਨੂੰ ਬਾਬਾ ਸਮਾਰ ਸਕਦੇ ਆ ਰਹੀ ਗੱਲ ਗਾਇਆਂ ਕੁੱਤਿਆਂ ਬਿੱਲਿਆਂ ਦੀ ਜਿਹੜਾ ਇਹ ਸਾਰਾ ਕੁਝ ਹੈਗਾ ਦੇਖੋ ਮੇਰਾ ਤੇ ਇੱਕ ਬੜਾ ਸਾਫ਼ ਆਰਗੂਮੈਂਟ ਹੈ ਇਸੇ ਦੇਸ਼ ਦੇ ਅੰਦਰ ਨਾਰਥ-ਈਸਟ ਦੇ ਵਿੱਚ ਬੀਪ ਖਾਂਦੇ ਆ 크ਰਿਸਚੀਅਨ ਸਾਰੇ ਖਾਂਦੇ ਆ ਕੁਰਨਾ ਵੀ ਬਹੁਤ ਸਾਰੀਆਂ ਜਗ੍ਹਾ ਤੇ ਵਿੱਚ ਬੀਫ ਮੁਸਲਮਾਨਾਂ ਨੂੰ ਅਧਿਕਾਰ ਆ ਉਹ ਖਾਂਦੇ ਕਸ਼ਮੀਰ ਤੇ ਚਲੇ ਜਾ ਵੈਲੀ ਚ ਬੀਫ ਖਾਂਦੇ ਹੈਗੇ ਸਾਰੇ ਉੱਥੇ ਇਹ ਸਾਰੀ ਦੁਨੀਆ ਚ ਹੀ ਖਾਂਦੇ ਆ ਇਹ ਸਾਡੇ ਦੇਸ਼ ਚ ਨਹੀਂ ਖਾਂਦੇ ਹਾਂ ਜਿਹੜੇ ਸਾਡੇ ਵੀਰ ਗਾਇਆਂ ਨੂੰ ਜਾਂ ਬਲਦਾਂ ਨੂੰ ਸੇਕ੍ਰੇਡ ਐਨੀਮਲ ਮੰਨਦੇ ਪਵਿੱਤਰ ਔਰ ਉਹਦੀ ਪੂਜਾ ਵੀ ਕਰਦੇ ਆ ਉਹਨਾਂ ਨੂੰ ਪੂਰਨ ਅਧਿਕਾਰ ਆ ਫਿਰ ਉਹ ਆਪਣੇ ਧਰਮ ਦੀ ਆਸਥਾ ਚੋਂ ਉਹ ਆਪਣੇ ਘਰਾਂ ਚ ਬੰਨਣ ਜਾਂ ਆਪਣੇ ਜਿਹੜੇ ਬਾਕੀ ਜੋ ਵੀ ਧਾਰਮਿਕ ਸਥਾਨ ਆ ਉਹ ਇਕੱਲਾ ਗਊਸ਼ਾਲਾ ਕਾਫੀ ਨਹੀਂ ਬਹੁਤ ਜ਼ਿਆਦਾ ਜਾਨਵਰ ਆ ਤੁਸੀਂ ਜਾ ਕੇ ਦੇਖੋ ਗਊਸ਼ਾਲਾਂ ਦੇ ਵਿੱਚ ਹਾਲਤ ਕੀ ਐ ਉਹਨਾਂ ਦੇ ਹੱਡ ਨਿਕਲੇ ਹੋਏ ਆ ਤਕ ਕਰਸ ਕਰ ਰੀਆਂ ਜਾਨੀ ਸਾਨੂੰ ਸਰਾਫ ਦੇ ਰੀਆਂ ਉਹ ਗਾਇਆਂ ਕਿ हे ਪ੍ਰਮਾਤਮਾ ਸਾਨੂੰ ਇੰਡੀਆ ਦੇ ਵਿੱਚ ਕਿਉਂ ਤੁਸੀਂ ਪੈਦਾ ਕੀਤਾ ਇਹ ਹਾਲਤ ਐ ਗਊਸ਼ਾਲਾ ਦੀ ਉਹ ਤੇ ਉਹ ਸਾਰੇ ਕੌਸ਼ਾਲਾ ਨੂੰ ਦੇਖਣ ਵਾਲੇ ਕੋਈ ਸਾਰੇ ਭਗਤ ਤੇ ਹੈ ਨਹੀਂ ਕੁਝ ਭਗਤ ਹੋਣਗੇ ਕੁਝ ਥੋੜਾ ਬਹੁਤ ਚਾਰੇ ਦਾ ਇਧਰ ਉਧਰ ਪੈਸਾ ਕਰ ਲਿਆ ਉਧਰ ਕਰ ਲਿਆ ਉਹ ਵੀ ਚੱਲੀ ਜਾਂਦਾ ਹੈ ਉਹ ਪੂਰਾ ਉਹਨਾਂ ਨੂੰ ਜੋ ਪੈਸਾ ਇਕੱਠਾ ਹੁੰਦਾ ਸਟੇਟ ਜਾਂ ਅਸੀਂ ਉਸ ਲਈ ਟੈਕਸ ਕਿਉਂ ਦਿੰਨੇ ਆ ਭਈ ਹਾਂ ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਕੀ ਕਰਦੇ ਆ ਕੀ ਨਹੀਂ ਕਰਦੇ ਉਹ ਤੇ ਸਿੱਖ ਸਮੁਦਾਏ ਨੂੰ ਆਪਣਾ ਫੈਸਲਾ ਕਰ ਕੇ ਤੇ ਉਹਨੂੰ ਸਪੋਰਟ ਚਾਹੀਦਾ ਅਸੀਂ ਸਰਕਾਰ ਕੋਲੋਂ ਪੈਸੇ ਮੰਗਣ ਜਾਵਾਂਗੇ ਕਿ ਹੁਣ ਸਾਡੇ ਲੰਗਰ ਨਹੀਂ ਚੱਲਦੇ ਸਾਨੂੰ ਪੈਸੇ ਦੇ ਦਿਓ ਇਸੇ ਤਰੀਕੇ ਨਾਲ ਜਦੋਂ ਇੱਕ ਗਾਇਆਂ ਜਾਂ ਉਹਨਾਂ ਦਾ ਪਰਿਵਾਰ ਸਾਰਾ ਜਿਹੜਾ ਉਹ ਸੇਕ੍ਰੇਟ ਹੈਗੇ ਆ ਉਹਨਾਂ ਦੀ ਪੂਜਾ ਆ ਤਾਂ ਫੇਰ ਭਾਈ ਉਹ ਸਮੁਦਾਇ ਉਹਦੀ ਪੂਰਾ ਉਹਦਾ ਬੋਝ ਚੁੱਕੇ ਕਿੰਨੇ ਸਾਡੇ ਮੰਦਰ ਹੈਗੇ ਆ ਉਹਨਾਂ ਦੇ ਨੇੜੇ-ਨੇੜੇ ਥੋੜਾ 10-10 20-20 ਗਾਇਆਂ ਰੱਖ ਕੇ ਨਾਲੇ ਲੋਕ ਉਹਨਾਂ ਨੂੰ ਆ ਕੇ ਜਿਹੜੇ ਭਗਤ ਜਾਣ ਆਉਣਗੇ ਉਹਨਾਂ ਨੂੰ ਮੱਥਾ ਵੀ ਟੇਕਣਗੇ ਉਹਨਾਂ ਨੂੰ ਚਾਰ ਰੋਟੀਆਂ ਵੀ ਜਿਹੜੀਆਂ ਘਰਵਾਦੂ ਪਈਆਂ ਦੇ ਜਾਣਗੇ ਥੋੜਾ ਜਿਹਾ ਚਾਰਾ ਉਚਾਰਾ ਦੇ ਜੂ ਜਿਹਦਾ ਦਾਣਾ ਉਹ ਦਾਣਾ ਦੇ ਜੂ ਇਹ ਸਾਰਾ ਕੁਝ ਕੀਤਾ ਜਾ ਸਕਦਾ ਮੇਰਾ ਵੀਰ ਪਰ ਆਪਾਂ ਨੂੰ ਉਧਰ ਨੂੰ ਨਹੀਂ ਚੱਲਦੇ ਹੈ ਅਸੀਂ ਸਟੇਟ ਵੋਟਾਂ ਦੀ ਖਾਤਰ ਉਹਨਾਂ ਦੀ ਵੀ ਜ਼ਿੰਮੇਵਾਰੀ ਲਈ ਜਾ ਰਹੀ ਹੈ ਸਟੇਟ ਨੂੰ ਇਹਦੀ ਜ਼ਿੰਮੇਵਾਰੀ ਕਿਉਂ ਲੈਣੀ ਚਾਹੀਦੀ ਕਿਸੇ ਦੇ ਧਰਮ ਦੀ ਆਸਰਾ ਦੀ ਬਈ ਕਿਉਂਕਿ ਉਹ ਮжоਰਿਟੀ ਕਮਿਊਨਿਟੀ ਇਸ ਕਰਕੇ ਐ ਨਹੀਂ ਸਾਨੂੰ ਬਿਲਕੁਲ ਹੈ ਸਰਵੇ ਕਰੋ ਪਤਾ ਲਾਓ ਕਿੰਨੇ ਉਹ ਹੈਗੇ ਆ ਤੇ ਸਾਰੇ ਦੇ ਸਾਰੇ ਬਿਰਖਿਆ ਲਿਆ ਯੋਗੀ ਦਿੱਤਿਆਨਾਥ ਦੇ ਖੱਟੜ ਸਾਹਿਬ ਜਿੱਥੇ-ਜਿੱਥੇ ਉਹਨਾਂ ਦੀ ਸਰਕਾਰ ਆ ਕੁਝ ਭੇਜ ਦਿਓ ਉਹਨਾਂ ਦੇ ਟਰੱਕਾਂ 'ਚ ਭੇਜੋ ਆਪਨਾ ਭੇਜੋ ਨਹੀਂ ਤੇ ਰਾਹ ਦੇ ਵਿੱਚ ਤੁਹਾਨੂੰ ਉਹ ਦੇੰਬ ਬਦਲਾ ਦੇਣਗੇ ਤਾਂ ਨਹੀਂ ਬਹੁਤ ਔਖਾ ਹੁੰਦਾ ਬਹੁਤ ਬੰਦਾ ਘਰੋਂ ਸਾਸਰੀਕਾਲ ਬੋਲ ਕੇ ਜਾਂਦਾ ਜਿਹੜਾ ਡੰਗਰਾਂ ਨੂੰ ਐਸ ਵੜੇ ਟਰਾਂਸਪੋਰਟ ਕਰਦਾ ਕਿਉਂਕਿ ਕਿੱਥੇ ਕਿਹਨੇ ਘੇਰ ਕੇ ਤੁਹਾਡੇ ਤੇ ਕੀ ਦੋਸ਼ ਲਾ ਦੇਣਾ ਕਿਸੇ ਨੇ ਪੁੱਛਣਾ ਥੋੜੀ ਜਿਹਾ ਤੁਹਾਨੂੰ ਕਿ ਤੁਸੀਂ ਸੱਚੇ ਆ ਕਿ ਝੂਠੇ ਆ ਉਦੋਂ ਤੱਕ ਕੰਮ ਹੋ ਜਾਂਦਾ ਏ ਏ ਏ ਜਿਹੜਾ ਆ ਉਹਨਾਂ ਨੂੰ ਹੀ ਕਹੋ ਕਿ ਤੁਸੀਂ ਆਪਣੇ ਟਰੱਕਾਂ 'ਚ ਜਾਓ ਇਹਨਾਂ ਨੂੰ ਆਪਣੇ ਪਵਿੱਤਰ ਜਿਹੜੀਆਂ ਗਾਇਆਂ ਹੈ ਜਾਂ ਉਹਨਾਂ ਦੇ ਹੋਰ ਬਛੜੇ ਹੈ ਸਾਰੇ ਉੱਥੇ ਸੋਹਣੀ ਜਗ੍ਹਾ ਤੇ ਛੱਡ ਕੇ ਆਓ ਤੇ ਅਸੀਂ ਪੰਜਾਬ ਦੀਆਂ ਫਸਲਾਂ ਬਚਾਈਏ ਨਹੀਂ ਤੇ ਜਿਹੜੇ ਇੱਥੇ ਕਰ ਸਕਦੇ ਆ ਉਹ ਇੱਥੇ ਕਰਨ ਕਿਉਂਕਿ ਇਹ ਸ਼ਹਿਰਾਂ ਚ ਜ਼ਿਆਦਾ ਜਗ੍ਹਾ ਘਟਿਆ ਪਿੰਡਾਂ ਚ ਨਹੀਂ ਉੱਥੇ ਬਾਕੀ ਜਗ੍ਹਾ ਚ ਯੂਪੀ ਬਿਹਾਰ ਹੋਰ ਮੱਧ ਪ੍ਰਦੇਸ਼ ਚ ਜਿੱਥੇ ਜਿੱਥੇ ਇਹਨਾਂ ਦੀ ਸਰਕਾਰ ਹੈਗੀ ਆ ਉੱਥੇ ਪਿੰਡਾਂ ਦੇ ਵਿੱਚ ਵੀ ਕਿਉਂਕਿ ਉਹੋ ਹੀ ਸਮੁਦਾਇ ਹੈ ਉਹ ਵੱਡੇ ਪੱਦਰ ਤੇ ਇਹਨਾਂ ਨੂੰ ਰੱਖ ਸਕਦੇ ਆ ਪੰਜਾਬ ਨੂੰ ਸਾਨੂੰ ਪਲੀਜ਼ ਇਸ ਗੱਲ ਦੀ ਜ਼ਰੂਰ ਰਾਹਤ ਮਿਲਣੀ ਚਾਹੀਦੀ ਆ ਕੁੱਤੇ ਵੀ ਬਹੁਤ ਕੁੱਤਿਆਂ ਦਾ ਕੰਮ ਤੇ ਹੈਗਾ ਤੇ ਇਹ ਵਿਚਾਰੇ ਠੀਕ ਆ ਸਾਡੇ ਨਾਲ ਹੀ ਜੀਵਨ ਕੱਟਦੇ ਆ ਪਰ ਜੇ ਉਹ ਆਵਾਰਾ ਲੋਕਾਂ ਨੂੰ ਕੱਟਣ ਲੱਗ ਜਾਣਗੇ ਉਬੀ ਇੱਕ ਆਪਣੇ ਆਪ ਚ ਮਨੇਜ ਤੇ ਪ੍ਰੋਬਲਮ ਹੈਗੀ ਆ ਫਿਰ ਕੋਈ ਨਾ ਕੋਈ ਉਹਦਾ ਹੱਲ ਵੀ ਪਹਿਲਾਂ ਸਰਵੇ ਹੋ ਲੈਣ ਦੋ ਕੋਈ ਨਾ ਕੋਈ ਜਦੋਂ ਕਮੇਟੀ ਬਣੂਗੀ ਉਹਦੇ ਚ ਕੋਈ ਨਾ ਕੋਈ ਆਪਾਂ ਵੀ ਸਲਾਹ ਦੇ ਦਾਂਗੇ ਨਹੀਂ ਤੇ ਸਰਕਾਰ ਬਥੇਰੀ ਸਿਆਣੀ ਹੈ ਜੀ ਸ਼ੁਕਰੀਆ ਪ੍ਰੋਫੈਸਰ ਸਾਹਿਬ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਿਵਿੰਦਰ ਜੀ ਟਾਟਾ ਤੁਹਾਡੀ ਸਾਰੀ ਟੀਮ ਦਾ ਸਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ